ਪੰਜਾਬੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਜੋ ਕਿ ਇਲਾਕੇ ਭਰ ਨੂੰ ਪਿਛਲੇ ਲਗਭਗ 30-35 ਵਰ੍ਹਿਆਂ ਤੋਂ ਆਪਣੀਆਂ ਸਿਹਤ ਸਹੂਲਤਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ ਜਿੱਥੇ ਬਹੁਤ ਹੀ ਘੱਟ ਰੇਟ ਤੇ ਸੀਟੀ ਸਕੈਨ ਅਲਟਰਾਸਾਊਂਡ ਸਕੈਨ ਲੈਪਰੋਸਕੋਪੀ ਨਾਲ ਓਪਰੇਸ਼ਨ ਅਤੇ ਇਸ ਦੇ ਨਾਲ ਨਾਲ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਔਰਤਾਂ ਦੀਆਂ ਬਿਮਾਰੀਆਂ ਦੰਦਾਂ ਦੀਆਂ ਬਿਮਾਰੀਆਂ ਅਤੇ ਹਰ ਤਰ੍ਹਾਂ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਹਸਪਤਾਲ ਵੱਲੋਂ ਹਰ ਸਾਲ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਨੂੰ ਯਾਦੇ ਦਾ ਨਾਮ ਦਿੱਤਾ ਜਾਂਦਾ ਹੈ। ਪਿਛਲੇ ਦਿਨੀ ਵੀ ਇਹ 14ਵਾਂ ਸਾਲਾਨਾ ਸਮਾਗਮ ਆਪੀ ਚੈਰੀਟੇਬਲ ਦੀ ਸਮੁੱਚੀ ਟੀਮ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਸਕੂਲੀ ਬੱਚਿਆਂ ਵੱਲੋਂ ਪਹੁੰਚ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਸਮਾਜ ਨੂੰ ਵਧੀਆ ਸੇਧ ਦੇਣ ਦੀ ਕੋਸ਼ਿਸ਼ ਕੀਤੀ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਇਸ ਪ੍ਰੋਗਰਾਮ ਦਾ ਵਿਸ਼ੇਸ਼ ਪ੍ਰਸਾਰਣ। ਮੇਰਾ ਨਾਮ ਵਿਜੇ ਕੱਲਣ ਆ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ। ਮੈਂ ਕੈਨੇਡਾ 'ਚ ਰਹਿੰਦਾ, ਉੱਥੇ ਸਾਡੀ ਕਰਤਾਰਪੁਰ ਚੈਰਿਟੀ ਫੰਡ ਰਜਿਸਟਰਡ ਕੈਨੇਡੀਅਨ ਚੈਰਿਟੀ ਹੈ। ਪਿਛਲੇ 27 ਸਾਲ ਤੋਂ ਕੈਨੇਡੀਅਨ ਗੌਰਮੈਂਟ ਨੇ ਸਾਨੂੰ ਟੈਕਸ ਦੇ ਵਿੱਚ ਡਿਸਕਾਊਂਟ ਵਾਸਤੇ CRA ਨੇ ਆਪਣਾ ਨੰਬਰ ਦਿੱਤਾ ਹੈ, ਜਿਸ 'ਚ ਕੋਈ ਵੀ ਡੋਨੇਸ਼ਨ ਸਾਨੂੰ ਕੈਨੇਡਾ 'ਚ ਦਿੰਦਾ ਕਰਤਾਰਪੁਰ ਵਾਸਤੇ ਹਸਪਤਾਲ ਅਤੇ ਐਜੂਕੇਸ਼ਨ ਵਾਸਤੇ, ਉਹ ਉਹਨਾਂ ਨੂੰ ਡਿਸਕਾਊਂਟ ਦੇ ਦਿੰਦੇ ਆ। ਇਹ ਪ੍ਰੋਜੈਕਟ ਅਸੀਂ 1991 ਦੇ ਵਿੱਚ ਛੋਟੀ ਜਿਹੀ ਡਿਸਪੈਂਸਰੀ ਖੋਲ੍ਹੀ ਸੀ ਇੱਥੇ ਕਰਤਾਰਪੁਰ 'ਚ, ਸਾਡੇ 2 ਜੱਦੀ ਘਰ ਸੀ ਜਦੋਂ ਸਾਡੇ ਬਜ਼ੁਰਗਾਂ ਪੂਰੇ ਹੋਏ ਆ, ਉਹਨਾਂ ਨੇ ਇਹਦੀ ਖੁਆਇਸ਼ ਸੀ ਵੀ ਘਰ ਵੇਚਣਾ ਜਾਣ, ਇੱਥੇ ਕੁਛ ਜਨਤਾ ਵਾਸਤੇ ਚੰਗਾ ਕੰਮ ਕੀਤਾ ਜਾਵੇ। ਅਤੇ 1991 'ਚ ਅਸੀਂ ਅਮਰੀਕਨ ਡਾਕਟਰਾਂ ਦੀ ਮਦਦ ਦੇ ਨਾਲ ਇੱਥੇ ਛੋਟੀ ਜਿਹੀ ਡਿਸਪੈਂਸਰੀ ਖੋਲ੍ਹੀ ਸੀ, ਜਿਹਦਾ ਨਾਂ ਰੱਖਿਆ ਸੀ API, ਅਮੈਰੀਕਨ ਐਸੋਸੀਏਸ਼ਨ ਫਿਜੀਸ਼ੀਅਨ ਆਫ ਇੰਡੀਆ। ਉਹਦੇ ਨਾਂ 'ਤੇ ਅਸੀਂ ਇਹ ਫਿਰ ਸ਼ੁਰੂ ਕੀਤਾ ਸੀ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਗੁਰੂ ਸਾਹਿਬ ਤੋਂ ਅਸੀਂ ਜ਼ਮੀਨ ਲੈ ਕੇ ਅਤੇ ਫਿਰ ਨਵੀਂ ਫਾਊਂਡੇਸ਼ਨ ਰੱਖ ਕੇ ਅਤੇ ਫਿਰ ਨਵੀਂ ਬਿਲਡਿੰਗ ਬਣਾਈ, ਅਤੇ ਅਸੀਂ ਦੋਨੇ ਕਰਦੇ ਤੀਸਰੀ ਨਵੀਂ ਬਿਲਡਿੰਗ ਸਾਰਾ ਅਸੀਂ ਕਨੈਕਟ ਕਰ ਦਿੱਤਾ। ਹੁਣ ਇੱਥੇ ਕਾਲਜ ਵੀ ਚੱਲ ਰਿਹਾ ਅਤੇ ਆਪਣੇ ਬੱਚੇ ਜਿਹੜੇ ਆ ਹਰ ਤਰ੍ਹਾਂ ਦਾ ਇੱਥੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡਿਪਲੋਮਾ ਡਿਗਰੀ ਸਭ ਕੁਝ ਕਰ ਰਹੇ ਆ। ਜਿਹੜੇ ਨਹੀਂ ਜ਼ਿਆਦਾ ਐਜੂਕੇਸ਼ਨ ਅੱਗੇ ਬਣਨਾ ਚਾਹੁੰਦੇ ਉਹ ਫਿਰ ਪੈਡੀਕਿਊਰ ਮੈਨੀਕਿਊਰ ਜਾਂ ਸੋਇੰਗ ਜਾਂ ਬ੍ਰਾਈਡਲ ਮੇਕਅਪ, ਇਹ ਸਾਰਿਆਂ ਦੇ ਡਿਪਲੋਮੇ ਉਹਨਾਂ ਕੋਲੋਂ ਲੈ ਕੇ ਤਾਂ ਹੁਣ ਆਪਣੇ ਆਪਣੇ ਪਰਿਵਾਰਾਂ ਨੂੰ ਸਪੋਰਟ ਕਰ ਰਹੇ ਆ। 1995 ਤੋਂ ਅਸੀਂ ਇਹ ਸਕੋਲਰਸ਼ਿਪ ਪਲਾਨ ਸ਼ੁਰੂ ਕੀਤੀ ਸੀ ਇੱਥੇ ਬੱਚਿਆਂ ਵਾਸਤੇ ਐਜੂਕੇਸ਼ਨ, ਅਤੇ ਨਾਲ ਨਾਲ ਅਸੀਂ ਹਸਪਤਾਲ ਜਿਹੜਾ ਡਿਸਪੈਂਸਰੀ ਨੂੰ ਅਸੀਂ ਇੱਕ ਬਹੁਤ ਵੱਡਾ ਹਸਪਤਾਲ ਬਣਾਤਾ। ਅੱਜ ਇੱਥੇ ਹਰ ਫੈਸਿਲਿਟੀ ਜਿਹੜੀ ਆ ਅਵੇਲੇਬਲ ਹੈਗੀ ਕਰਤਾਰਪੁਰ API ਚੈਰੀਟੇਬਲ ਹਸਪਤਾਲ ਦੇ ਵਿੱਚ, ਗਊਸ਼ਾਲਾ ਦੇ ਬਿਲਕੁਲ ਸਾਹਮਣੇ ਹੈ। ਇੱਥੇ ਅਸੀਂ ਹੁਣ ਲਾਸਟ ਈਅਰ CT ਸਕੈਨ ਵੀ ਇੱਥੇ ਲੱਗ ਗਿਆ, 1.66 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਿਆ। ਹਰ ਚੀਜ਼ ਇੱਥੇ ਅਵੇਲੇਬਲ ਹੈ, ਦੰਦਾਂ ਦਾ, ਅੱਖਾਂ ਦਾ, ਕੋਈ ਵੀ ਇਲਾਜ ਤੁਹਾਨੂੰ ਕਰਾਉਣਾ, ਹੱਡੀਆਂ ਦਾ, ਈਵਨ ਤੁਹਾਡੇ ਗੋਡੇ ਅਤੇ ਮੋਢੇ ਅਤੇ ਸਭ ਹਿਪਸ ਸਾਰਾ ਕੁਛ ਇੱਥੇ ਟ੍ਰਾਂਸਪਲਾਂਟ ਵੀ ਹੋ ਜਾਂਦਾ, ਸਾਡੇ ਸਰਜਨ ਬਹੁਤ ਅੱਛੇ ਆਰਥੋਪੀਡਿਕ। ਅਤੇ ਉਸ ਦੇ ਨਾਲ ਨਾਲ ਅਸੀਂ 178 ਬੱਚਿਆਂ ਨੂੰ ਪਿੰਡਾਂ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਸਕੋਲਰਸ਼ਿਪ ਪਲਾਨ ਬਣਾਈ ਹੈ, ਜਿਹਦੇ ਗਰੀਬਾਂ ਦੇ ਬੱਚੇ ਜਾਂ ਲੋਅ ਇਨਕਮ ਫੈਮਿਲੀ ਦੇ ਜਿਹੜੇ ਬੱਚੇ ਆ ਉਹ ਆਪਣੀ ਪੜ੍ਹਾਈ ਨੂੰ ਅੱਗੇ ਕੈਰੀ ਔਨ ਕਰ ਸਕਣ। ਉਹ ਅਸੀਂ ਹਰ ਸਾਲ ਕਰ ਰਹੇ 1995 ਤੋਂ, ਅਤੇ ਨਾਲ ਨਾਲ ਅਸੀਂ ਆਪਣੇ ਹਸਪਤਾਲ ਦੇ ਵਿੱਚ ਵੀ, ਅਤੇ ਅਸੀਂ ਪਿੰਡਾਂ 'ਚ ਫਰੀ ਕੈਂਪ ਲਾਉਂਦੇ ਹਾਂ। ਕਰਤਾਰਪੁਰ ਦੇ ਅਰਾਊਂਡ 140 ਪਿੰਡਾਂ ਦੇ ਵਿੱਚ ਅਸੀਂ ਫਰੀ ਕੈਂਪ ਲਾ ਚੁੱਕੇ ਮੈਡੀਕਲ ਦਾ ਪਿਛਲੇ 3 ਸਾਲਾਂ ਦੇ ਵਿੱਚ, ਅਤੇ ਉਹਨੂੰ ਅਸੀਂ ਕੰਟੀਨਿਊ ਕਰਦੇ ਹਾਂ। ਫਿਰ ਅਸੀਂ ਅੱਖਾਂ ਦੇ ਫਰੀ ਕੈਂਪ ਲਵਾਏ ਹਾਂ, ਹੁਣ ਲਾਸਟ ਅਸੀਂ ਪਰਸੋਂ ਲਗਵਾਇਆ ਸੁਹਾਨਪੁਰ ਦੇ ਵਿੱਚ, ਅਮਰੀਕਾ ਤੋਂ ਆਏ ਸੀ, ਉਹਨਾਂ ਨੇ ਸਪੋਂਸਰ ਕੀਤਾ। 500 ਬੰਦੇ ਨੇ ਅੱਖਾਂ ਚੈੱਕ ਕਰਾਈਆਂ, ਜਿਹ 'ਚੋਂ 140 ਬੰਦਿਆਂ ਦੀਆਂ ਤਕਰੀਬਨ ਫਰੀ ਲੈਂਸ ਇੰਪਲਾਂਟ ਹੋ ਰਿਹਾ ਹਸਪਤਾਲ ਦੇ ਵਿੱਚ ਹੀ। ਸੋ ਇਹ ਸਾਰਾ ਕੰਮ ਅਸੀਂ ਕਰ ਰਹੇ ਬਾਹਰ ਬੈਠੇ, ਅਤੇ ਇੱਥੇ ਵੀ ਜਿਹੜੀ ਸਾਡੀ ਸਪੋਰਟਿੰਗ ਟੀਮ, ਇੱਥੇ ਵੀ ਸਾਰੇ ਟਰੱਸਟੀ ਜਿਹੜੇ ਕਰਤਾਰਪੁਰ ਚੈਰੀਟੀ ਹਸਪਤਾਲ ਸਾਰੇ ਵਲੰਟੀਅਰ ਹੈਗੇ ਆ। ਕਦੀ ਕਿਸੇ ਦੀ ਇੱਥੇ ਨਾ ਇੱਥੇ ਤਨਖਾਹ ਆਇਆ ਨਾ ਉੱਥੇ ਤਨਖਾਹ ਆਇਆ, ਸਾਡਾ ਕੋਈ ਖਰਚਾ ਨਹੀਂ, ਸਾਰਾ ਕੁਝ ਜਿੰਨਾ ਸਾਡੀ ਮਾਇਆ ਇਕੱਠਾ ਹੁੰਦੀ ਸਾਰੀ ਅਸੀਂ ਗਰੀਬਾਂ ਦੇ ਅਤੇ ਬਾਕੀ ਲੋਕਾਂ ਜੋ ਲੋੜਵੰਦ ਲੋਕਾਂ ਦੇ ਵਾਸਤੇ ਅਸੀਂ ਇੱਥੇ ਜਿਹੜੀ ਆ ਉਹ ਕਰ ਰਹੇ ਹਾਂ। ਅਤੇ ਬਾਕੀ ਇਹ ਕੋਈ ਵੀ ਅਗਰ ਇੱਥੇ ਆ ਕੇ ਕੋਈ ਵੀ ਇਲਾਜ ਕਰਾਉਣਾ ਚਾਹੁੰਦਾ ਅਤੇ ਅਗਰ ਨਹੀਂ ਅਫੋਰਡ ਕਰ ਸਕਦਾ, ਉਹਦੇ ਵਿੱਚ ਵੀ ਇੱਥੇ ਆਣ ਕੇ ਮੈਡਮ ਸੁਮਲਤਾ ਨੂੰ ਮਿਲਣ। ਅਤੇ ਅਸੀਂ ਹਰ ਸਾਲ ਇੱਕ ਪ੍ਰੋਗਰਾਮ ਕਰਦੇ ਹਾਂ ਜਿਹੜਾ ਅੱਜ ਵੀ ਅਸੀਂ ਕਰ ਰਹੇ ਹਾਂ, ਉਹਦਾ ਨਾਂ ਰੱਖਿਆ ਯਾਦੇ, ਸਾਡੇ ਪ੍ਰੋਗਰਾਮ ਦਾ ਨਾਂ ਵੀ ਯਾਦਾਂ, ਅਸੀਂ ਵੀ ਯਾਦੇ ਰੱਖਿਆ ਆ।
ਤਾਂ ਕਿ ਸਾਰੇ ਜਿਹੜੇ ਡਾਕਟਰ ਆ ਨਰਸ ਆ ਉਹਨਾਂ ਸਾਰਿਆਂ ਨੂੰ ਅਸੀਂ ਇੱਕ ਦਿਨ ਸਨਮਾਨ ਕਰ ਸਕੀਏ ਅਤੇ ਸਾਡੇ ਜਿਹੜੇ ਮੇਨ ਗੈਸਟ ਆਉਂਦੇ ਆ ਕੈਨੇਡਾ ਤੋਂ, ਇੰਗਲੈਂਡ ਤੋਂ, ਆਸਟ੍ਰੇਲੀਆ ਤੋਂ, ਉਹਨਾਂ ਨੂੰ ਅਸੀਂ ਸਾਰਾ ਪ੍ਰੋਗਰਾਮ ਦਿਖਾ ਸਕੀਏ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਅਗਰ ਕਿਸੇ ਨੇ ਕੋਈ ਵੀ ਸਪੋਰਟ ਕਰਨੀ ਹੋਵੇ ਅਤੇ ਇੱਥੇ ਵੀ ਟੈਕਸ ਜਿਹਦੇ ਰਜਿਸਟਰ ਹੋਇਆ ਇੰਡੀਅਨ ਗੌਰਮੈਂਟ ਨਾਲ, ਪੰਜਾਬ ਗੌਰਮੈਂਟ ਨਾਲ, ਅਤੇ ਕੈਨੇਡਾ 'ਚ ਵੀ ਅਗਰ ਕੋਈ ਰਹਿੰਦਾ ਉਹ ਦਾਨ ਦੇਣਾ ਚਾਹੁੰਦਾ, ਉਹ ਵੀ ਟੈਕਸ ਡਿਡਕਟੇਬਲ ਹੈਗਾ ਆਪਣੇ ਕੈਨੇਡਾ ਦੇ ਵਿੱਚ ਵੀ, ਉਹ ਮੈਨੂੰ ਕੋਂਟੈਕਟ ਕਰ ਸਕਦਾ। ਅਤੇ ਨੰਬਰ ਸਾਡਾ ਇੱਥੋਂ ਅਵੇਲੇਬਲ ਹੈਗਾ ਹਸਪਤਾਲ ਦੇ ਵਿੱਚੋਂ, ਜਾਂ ਮੈਨੂੰ ਕਦੀ ਕੋਂਟੈਕਟ ਕਰ ਲੈਣ 416-9-7175-5155। ਇਹ ਮੇਰਾ ਨੰਬਰ ਉੱਥੇ ਆਏਗਾ। ਅਤੇ ਕੋਈ ਵੀ ਤਰੀਕਾ ਦੀ ਇਨਫੋਰਮੇਸ਼ਨ ਜਾਂ ਕੋਈ ਲੈਣਾ ਚਾਹੁੰਦੇ ਆ, ਅਸੀਂ ਹਮੇਸ਼ਾ ਹਾਜ਼ਰ ਹਾਂ 24/7। ਮੈਂ ਕਰਤਾਰਪੁਰ 60 ਸਾਲ ਤੋਂ ਛੱਡ ਕੇ ਗਿਆ ਹਾਂ, ਪਹਿਲੇ ਇੰਗਲੈਂਡ ਫਿਰ ਕੈਨੇਡਾ, ਲੇਕਿਨ ਸਾਡਾ ਦਿਲ, ਕਿਉਂਕਿ ਜਨਮ ਇੱਥੇ ਹੋਇਆ, ਅਸੀਂ ਬੜੇ ਆਪਣੇ ਨੂੰ ਪਾਕਿਸਤਾਨੀ ਸਮਝਦੇ ਹਾਂ ਕਿ ਸਾਡਾ ਜਨਮ ਕਰਤਾਰਪੁਰ 'ਚ ਹੋਇਆ ਅਤੇ ਅਸੀਂ ਆਪਣਾ ਸ਼ਹਿਰ ਨਹੀਂ ਅੱਜ ਤੱਕ ਛੱਡਿਆ। ਦਿੱਲੀ ਦੇ ਕੇਜਰੀਵਾਲ ਸਾਹਿਬ, ਮੁੱਖ ਮੰਤਰੀ ਸਾਹਿਬ ਸਾਡੇ ਦਿੱਲੀ ਉਹ ਵੀ ਹਾਜ਼ਰ ਆਏ ਆ, ਲੁਧਿਆਣੇ ਵਗੈਰਾ ਬਹੁਤ ਸਭ ਜਾ ਰਹੇ ਹੈਗੇ ਆ, ਇਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਪ੍ਰੋਗਰਾਮ ਕਰਕੇ ਮਜਬੂਰੀ ਨਹੀਂ, ਅਦਰਵਾਈਜ਼ ਮੈਂ ਖੈਰ ਕਰ ਤੋਂ ਸਾਰਿਆਂ ਤੋਂ ਮਾਫ਼ੀ ਚਾਹੁੰਦਾ। ਧੰਨਵਾਦ ਸਾਰੇ ਸ਼ਹਿਰ ਦੇ ਕੰਮ ਜੈਨ ਸਾਹਿਬ ਦੱਸਾਂਗੇ। ਇੱਕ ਇਹ ਵੀ ਦੱਸੋ, ਜਿਹੜਾ ਗੇਟ ਲਿਆਂਦਾ, ਫਿਰ ਆਪਾਂ 13 ਕਰੋੜ ਰੁਪਈਆ ਦਿੱਤਾ ਇਹਨਾਂ ਨੂੰ, ਜਿਹੜਾ ਸੀਵਰੇਜ ਵਾਸਤੇ ਜਿਹੜੀਆਂ ਪੈਰੀਫੈਰੀ ਕਲੋਨੀਆਂ ਸੀ, ਸਾਰਾ ਦਿਨ ਟਾਈਮ ਘੱਟ ਦਿੱਤਾ ਇਹਨਾਂ ਦਾ, ਮੇਰੇ ਕੋਲ ਬਹੁਤ ਕੁਛ।
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪ੍ਰੈਜ਼ੀਡੈਂਟ ਮਿਸਟਰ ਸੁਰਿੰਦਰ ਅਗਰਵਾਲ ਜੀ, ਉਹਨਾਂ ਦੀ ਬੇਟੀ ਦੇ ਪਿੱਛੇ ਐਕਸਪਾਇਰ ਹੋ ਗਿਆ ਸਰੀਰ ਆਪਣਾ ਛੱਡ ਕੇ, ਛੋਟੇ ਬੱਚੇ ਆ, 2-3 ਗ੍ਰੇਡ 'ਚ ਪੜ੍ਹਦੇ ਆ, ਇਸ ਕਰਕੇ ਆਪਾਂ ਸਾਰਿਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿਲੋਂ ਦੇਣੀ ਆ। ਜਿੱਥੇ ਬਿਟੀਆ ਰਾਣੀ ਸਾਡੀ ਬਸੇ, ਸੁਖੀ ਬਸੇ। ਦੂਸਰਾ, ਅਸੀਂ ਅੱਜ ਬਹੁਤ ਮਿਸ ਕਰਦੇ ਹਾਂ ਜਗਦੰਬੇ ਲਾਈਟ ਹਾਊਸ ਵਾਲੇ ਬੱਬੂ ਹੁੰਦੇ ਸੀ, ਸੁਦੀਪ, ਜਿਹੜਾ ਕਿ ਕਾਫੀ ਸਾਡੇ ਪਿਲਰ ਸੀ ਇਹਨਾਂ ਕਲਚਰ ਪ੍ਰੋਗਰਾਮਸ ਦੇ, ਚਾਹੇ ਉਹ ਢਿੱਲੋਂ ਸਾਫ ਕਰਾਉਂਦੇ ਆ ਅਤੇ ਚਾਹੇ ਇੱਥੇ ਹੁੰਦਾ, ਚਾਹੇ ਕਿਤੇ ਵੀ, ਬਹੁਤ ਸੈਲਫਲੈਸ ਵਰਕਰ ਸੀ ਔਰ ਬੜੀ ਜਲਦੀ ਚਲਾ ਗਿਆ। ਪਰਮਾਤਮਾ ਉਹਦੀ ਆਤਮਾ ਨੂੰ ਵੀ ਸ਼ਾਂਤੀ ਦੇਵੇ। ਓਮ ਸ਼ਾਂਤੀ ਓਮ। ਸਾਰੇ ਬੈਠੋ, ਹੁਣ ਕਲਚਰ ਪ੍ਰੋਗਰਾਮ ਨੂੰ ਇੰਜੋਏ ਕਰੋ, ਕਿਉਂਕਿ ਜ਼ਿੰਦਗੀ ਇੱਕ ਚੱਲਦਾ ਸਫ਼ਰ ਆ, ਇਹਦੇ ਵਿੱਚ ਦੁੱਖ ਅਤੇ ਸੁੱਖ ਦੋਨੇ ਨਾਲ ਨਾਲ ਚੱਲਦੇ ਆ। ਥੈਂਕ ਯੂ ਵੈਰੀ ਮੱਚ। Karthalpur Institute of Management and Technology to come on the stage.
क्या पाया है सृष्टि के कण कण से पूछो तुमको खोने का दुख क्या है कौशल्या के मन से पूछो द्वार में ये भागे आज इनके भाग जागे बड़ी लंबी इंतजारी हुई रघुवर तुम्हारी तब आई है सवारी संग से आज खुशियों के ਚੈਰੀਟੇਬਲ ਦੇ ਬਾਰੇ ਤੁਹਾਨੂੰ ਸਭ ਐੱਨ ਆਰ ਈ ਵੀਰਾਂ ਨੂੰ ਔਰ ਜੋ ਸਾਡੇ ਇਸ ਦੇ ਅੱਜ ਦੇ ਲੋਕਲ ਗੈਸਟ ਹਨ ਸਭ ਨੂੰ ਇਸ ਦੀ ਹੋਂਦ ਬਾਰੇ ਪਤਾ ਹੈ ਕਿ ਕਿਸ ਤਰੀਕੇ ਨਾਲ ਕੁਛ ਸਾਡੇ ਕਰਤਾਰਪੁਰ ਦੇ ਔਰ ਕੁਛ ਇੰਡੀਅਨ ਡਾਕਟਰਸ ਨੇ ਮਿਲ ਕੇ ਇੱਕ ਸੁਪਨਾ ਲਿਆ ਔਰ ਉਸ ਸੁਪਨੇ ਦੇ ਸਾਕਾਰ ਦੇ ਵਿੱਚ ਇਸ ਆਪੀ ਚੈਰੀਟੇਬਲ ਦੀ ਹੋਂਦ ਇਸ ਕਰਤਾਰਪੁਰ ਸ਼ਹਿਰ ਦੇ ਵਿੱਚ ਹੋਈ ਔਰ ਇਹ ਤਰੱਕੀ ਕਰਦਾ ਹੋਇਆ ਇੱਕ ਬਹੁਤ ਵੱਡੇ ਹਸਪਤਾਲ ਦੇ ਵਿੱਚ ਨਿਰਮਿਤ ਹੋ ਚੁੱਕਿਆ ਹੈ ਪਹਿਲਾਂ ਹੋਸਪਿਟਲ ਬਣਾਉਣਾ ਫਿਰ ਉਸਦੀ ਬਿਲਡਿੰਗ ਨੂੰ ਮੇਨਟੇਨ ਕਰਨਾ ਔਰ ਖਾਸ ਕਰਕੇ ਇੱਕ ਹਸਪਤਾਲ ਚਲਾਉਣਾ ਜਿਸ ਦੇ ਵਿੱਚ ਡੇ ਟੂ ਡੇ ਰੋਜ਼ ਪ੍ਰੋਬਲਮ ਆਉਂਦੀਆਂ ਨੇ ਕਿਸੇ ਵੀ ਸੰਸਥਾ ਨੂੰ ਬਣਾਉਣਾ ਸ਼ਾਇਦ ਇੰਨਾ ਆਸਾਨ ਨਹੀਂ ਪਰ ਫਿਰ ਵੀ ਆਸਾਨ ਹੋ ਸਕਦਾ ਹੈ ਕੋਈ ਵੀ ਬਿਲਡਿੰਗ ਬਣ ਸਕਦੀ ਹੈ ਪਰ ਉਸਨੂੰ ਚਲਾਉਣਾ ਔਰ ਉਸਨੂੰ ਮੇਨਟੇਨ ਕਰਨਾ ਔਰ ਉਸਨੂੰ ਬਹੁਤ ਵਧੀਆ ਤਰੀਕੇ ਨਾਲ ਚਲਾਉਣਾ ਇਹ ਬਹੁਤ ਹੀ ਲੋੜ ਹੈ ਕਿਸੇ ਵੀ ਬਿਲਡਿੰਗ ਦੀ ਕਿਸੇ ਵੀ ਮਿਸ਼ਨ ਦੀ ਕਿਸੇ ਵੀ ਹਸਪਤਾਲ ਦੀ ਆਮ ਤੌਰ 'ਤੇ ਗੌਰਮੈਂਟਸ ਵੀ ਫੇਲ ਹੋ ਜਾਂਦੀਆਂ ਨੇ ਸਵਾਸਥ ਸੇਵਾ ਦੇਣ ਲਈ ਕਿਉਂਕਿ ਇਹ ਕੰਟੀਨਿਊਸ ਪ੍ਰੋਸੈਸ ਹੈ ਸਾਡੇ ਦੇਸ਼ ਦੀ ਆਬਾਦੀ ਵੱਧਦੀ ਜਾ ਰਹੀ ਹੈ ਔਰ ਬਹੁਤ ਲੋਕ ਗਰੀਬ ਨੇ ਜਿਹੜਾ ਆਪਣਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਨੂੰ ਸਸਤੇ ਅਤੇ ਵਧੀਆ ਔਰ ਉਸੇ ਹੀ ਜਗ੍ਹਾ 'ਤੇ ਇੱਕ ਹੈਲਥ ਪ੍ਰੋਵਾਈਡ ਕਰਨਾ ਇੱਕ ਬਹੁਤ ਹੀ ਚੰਗਾ ਸੱਜਾ ਇੱਕ ਚੈਰੀਟੇਬਲ ਪਰਪਸ ਸੀ ਜੋ ਆਪੀ ਚੈਰੀਟੇਬਲ ਹਸਪਤਾਲ ਇਹ ਪੂਰਾ ਕਰ ਰਿਹਾ ਹੈ ਔਰ ਇਸ ਨੂੰ ਚਲਾਉਣ ਲਈ ਸਾਰਾ ਜ਼ਿੰਮਾ ਔਰ ਇਸ ਨੂੰ ਲੀਡ ਅੱਗੇ ਵੱਧ ਕੇ ਕਰਨ ਦਾ ਔਰ ਆਪਣੇ ਹੀ ਮੋਢਿਆਂ 'ਤੇ ਸਾਰੀ ਜ਼ਿੰਮੇਵਾਰੀ ਲੈਂਦੇ ਹੋਏ ਸਾਡੇ ਪ੍ਰਧਾਨ ਜੀ ਔਰ ਖਾਸ ਕਰਕੇ ਮੈਡਮ ਕੱਲਨ ਤੁਸੀਂ ਜਾਣਦੇ ਹੋ ਕਿ ਉਹਨਾਂ ਦਾ ਦਿਨ ਰਾਤ ਇੱਥੇ ਹੀ ਹਸਪਤਾਲ ਦੀ ਸੇਵਾ ਦੇ ਵਿੱਚ ਹੀ ਜੀਵਦਾ ਹੈ ਔਰ ਇਸ ਪ੍ਰੋਜੈਕਟ ਨੂੰ ਉਹ ਸਿਰੇ ਕਾਮਯਾਬ ਕਰ ਰਹੇ ਇਸ ਹੋਸਪਿਟਲ ਦੀ ਬਣਤਰ ਦੇ ਵਿੱਚ ਵੀ ਬਹੁਤ ਸਾਰੇ ਕਿੱਸੇ ਇੰਟਰਸਟਿੰਗ ਔਰ ਖਾਸ ਕਰਕੇ ਬਹੁਤ ਮਿਹਨਤ ਦਾ ਕੰਮ ਸੀ ਇਹ ਮੈਨੂੰ ਇੱਕ ਵਾਕਿਆ ਯਾਦ ਆਉਂਦਾ ਹੈ ਮੈਂ ਅੱਗੇ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਇੱਕ ਦਿਨ ਮੈਡਮ ਸਮਨ ਕੱਲਨ ਜਲੰਧਰ ਆਫਿਸ ਦੇ ਵਿੱਚ ਮੈਨੂੰ ਮਿਲੇ ਅਤੇ ਉਹ ਬਹੁਤ ਖੁਸ਼ ਸੀ ਅਤੇ ਮੈਂ ਪੁੱਛਿਆ ਵੀ ਅੱਜ ਖੁਸ਼ੀ ਦਾ ਕੀ ਕਾਰਨ ਹੈ ਉਹਨਾਂ ਨੇ ਕਿਹਾ ਕਿ ਅਸੀਂ 350 ਜਾਂ 400 ਫਿੱਟ 'ਤੇ ਪਾਈਪ ਪੂਰੇ ਕਰਕੇ ਸਾਡੇ ਪਾਣੀ ਚੱਲਣਾ ਸ਼ੁਰੂ ਹੋ ਗਿਆ ਹੈ ਮੋਟਰ ਲੱਗ ਗਈ ਹੈ
ਔਰ ਇੱਕ ਬਹੁਤ ਹੀ ਮਿੱਠਾ ਪਾਣੀ ਨਿਕਲਿਆ ਹੈ। ਔਰ ਉਸ ਵੇਲੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਭੈਣ ਜੀ ਤੁਹਾਡੀ ਮਿਹਨਤ ਦਾ ਸਦਕਾ ਹੈ ਕਿ ਜਿੱਥੋਂ ਇੱਥੋਂ ਚੰਗਾ ਸੁਚੱਜਾ ਅਤੇ ਮਿੱਠਾ ਪਾਣੀ ਨਿਕਲਿਆ ਹੈ। ਔਰ ਉਸ ਮਿੱਠੇ ਪਾਣੀ ਦੇ ਸਰੋਤ ਦੇ ਨਾਲ ਹੀ ਇੱਕ ਬਹੁਤ ਸੁਚੱਜਾ ਹੋਸਪਿਟਲ ਤੁਹਾਡੇ ਸ਼ਹਿਰ ਦੇ ਵਿੱਚ ਮੌਜੂਦ ਹੈ। ਮੈਂ ਸਾਰੇ ਇਸ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਅੱਜ ਵੀ ਬਹੁਤ ਮਿਹਨਤ ਕਰਦੇ ਨੇ। 3-4 ਦਿਨ ਪਹਿਲਾਂ ਮੈਨੂੰ ਵਿਜੇ ਭਾਅ ਜੀ ਔਰ ਰਾਏ ਭਾਅ ਜੀ ਆਏ ਸੀ, ਜਿਸ ਦਿਨ ਏਅਰਪੋਰਟ ਤੋਂ ਬਹੁਤ ਥੱਕੇ ਹਾਰੇ ਆਏ ਸੀ। ਇਵੇਂ ਲੱਗਦਾ ਸੀ ਕਿ ਬਿਲਕੁਲ ਐਨਰਜੀ ਤੋਂ ਰਹਿਤ ਹੋਣ, ਔਰ ਅੱਜ ਹੋਸਪਿਟਲ ਦੇ ਵਿੱਚ ਦੁਬਾਰਾ ਇਹਨਾਂ ਨੂੰ ਪੂਰੇ ਐਨਰਜੈਟਿਕ ਦੇਖ ਕੇ ਲੱਗਦਾ ਹੈ ਕਿ ਇਹ ਹੋਸਪਿਟਲ ਹੀ ਇਹਨਾਂ ਦੀ ਐਨਰਜੀ ਹੈ। ਦੋਸਤੋ, ਇੰਨੀ ਦੂਰ ਤੋਂ ਸਫ਼ਰ ਕਰਕੇ ਹਰ ਸਾਲ ਆਉਣਾ ਔਰ ਇਸ ਹੋਸਪਿਟਲ ਨੂੰ, ਇਸ ਵਧੇ ਹੋਏ ਪੌਦੇ ਨੂੰ ਦੇਖਣਾ ਔਰ ਇਸ ਦੀ ਦੇਖਭਾਲ ਕਰਨੀ, ਔਰ ਇੱਕ ਬਹੁਤ ਹੀ ਅੱਛੀ ਮਿਹਨਤ ਦਾ ਫਲ ਹੈ। ਔਰ ਆਸ ਕਰਦਾ ਹਾਂ ਕਿ ਇਵੇਂ ਹੀ ਇਸ ਆਪੀ ਚੈਰੀਟੇਬਲ ਦੇ ਪੌਦੇ ਨੂੰ ਸੀਚ ਵੀ ਰਹਿਣਗੇ ਔਰ ਇਹ ਪੌਦਾ ਅੱਗੇ ਵੱਧਦਾ ਰਹੂਗਾ। ਔਰ ਮੈਂ ਆਪਣੇ ਵੱਲੋਂ, ਆਪਣੇ ਸ਼ਹਿਰ ਵਾਸੀਆਂ ਵੱਲੋਂ ਇਸ ਮੌਕੇ 'ਤੇ ਸਾਰੇ ਹੀ ਜਿਹੜੇ ਇਸ ਦੀ ਹੈਲਪ ਕਰ ਰਹੇ ਨੇ, ਜਿਨ੍ਹਾਂ ਦਾ ਮੈਂ ਨਾਮ ਲਿਆ ਹੈ ਔਰ ਜਿਨ੍ਹਾਂ ਦਾ ਨਹੀਂ ਲਿਆ ਹੈ, ਮੈਂ ਆਸ ਕਰਦਾ ਹਾਂ ਕਿ ਉਹ ਇਸੇ ਤਰੀਕੇ ਨਾਲ ਹੀ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਂਦੇ ਰਹਿਣਗੇ ਔਰ ਇਹ ਹੋਸਪਿਟਲ ਦਿਨ ਰਾਤ ਦੁਨੀ ਜਾਗਰੂਕ ਕਰਦਾ ਰਹੇਗਾ ਔਰ ਤਰੱਕੀ ਕਰਦਾ ਰਹੇਗਾ ਔਰ ਲੋਕਾਂ ਦੀ ਇਸੇ ਤਰ੍ਹਾਂ ਹੀ ਸੇਵਾ ਕਰਦਾ ਰਹੇਗਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। Thank you, sir. Now it's time to honor and celebrate the exceptional talent that we have witnessed today. Your applause is the wind beneath the wings of the shining participants ready to take flight. I would appreciate if Mr. Vijay Krishan Kallam, Mr. Sukhwant Bimal Jain, Mr. Yogesh Suri, Mr. Sarabjit Singh, Mr. Karamjit Singh, Brigadier Manjeet Singh Ji, Mr. Balpreet Singh Chahal, Satish Gupta sir and Mr. Manjeet Jain. Could kindly grace the stage and do the honors of distributing the prizes. Now I invite the students of Kartarpur Institute of Management and Technology, Guru Arjun Dev Public School, Ambagad Academy, please come on the stage to receive your token of love. Please sir, come on the stage.
में भी आगे बढ़कर इस रूढ़िवादी सोच का विरोध करते थे। ऐसे लोग हमेशा देश को याद रह जाते हैं। स्त्री को पढ़ाना क्यों जरूरी है, इसे पेश करने जा रही हैं हम आर्या गर्ल्स हाई स्कूल की छात्राएं। शिक्षा का गहना पहनकर नारी सामाजिक आर्थिक राजनीतिक क्षेत्र में ऊंची उड़ान भर सकती है। वह बड़े से बड़े ओहदे पर आसीन हो सकती है। अपने पांव पर खड़ी होकर प्रगति की ओर अग्रसर हो सकती है। औरत समाज की जननी होती है। उसके शिक्षित होने से सारा समाज नई ऊंचाइयों को छू सकता है। पेश है भारत की प्रथम महिला डॉक्टर श्रीमती आनंदी गोपाल राव के जीवन पर आधारित छोटी सी नाटिका। आनंदी देखो मैं तुम्हारे लिए क्या लाया हूँ। ये किताब किसकी है? इसका माथा तो गार की तरह तप रहा है। क्या दीजिए दादा, जल्दी से वह जी को बुलाइए। आनंदी ये तुम क्या कर रही हो? भगवान की भभूति लगा रही हूँ। बस करो नंदी, ये सब अंधविश्वास होता है। अरे आप यकीन तो कीजिए, इसका बुखार उतर रहा है और इसका माथा भी ठंडा पड़ रहा है। देखिए आ गए तुम लोग। मिलना चाहोगे मेरे साथियों से? तो देखो। जी हाँ, मैं हूँ व्हाट्सएप। पूरी दुनिया मेरी गिरफ्त में है।
बच्चा बूढ़ा या जवान सब दीवाने हैं मेरे। गूगल, गूगल नाम है मेरा, मैं वो भी जानता हूँ जो तुम्हारा भगवान भी नहीं जानता। फेक वर्ल्ड का बादशाह हूँ मैं, बादशाह। चीज को टिकटॉक कहते हैं। नेता, अभिनेता, खिलाड़ी, बच्चा, कोई मेरे आगे टिक नहीं सकता। मैं इंस्टाग्राम हूँ, मैंने सबको पागल करके रखा है, स्पेशली उन युवाओं को, उसको, उसको और इसको भी। और मुझे तो आप लोग जानते ही होंगे, मैं हूँ फेसबुक, मुझसे ही तो ये सोशल मीडिया का दौर शुरू हुआ है। सुना है वो दिन दूर नहीं जब आपकी ये दुनिया हमारे इशारों पर नाचेगी। तो चलो देखो। मम्मा मम्मा, मेरा कल एग्जाम है, मुझे कुछ समझ नहीं आ रहा है, प्लीज मामा आप पढ़ा दोगे? क्यों बेटा, तुम्हारे टीचर ने कुछ नहीं समझाया क्या? मामा मामा, समझाया तो था पर मैं भूल गई। बेटा मैं तो भी बहुत बिजी हूँ, तुम पापा के पास जाकर पूछ लो ना। ओके मामा। पापा कल मैथ्स का एग्जाम है, मुझे कुछ समझ नहीं आ रहा है, आप पढ़ा दोगे प्लीज? I am already getting late. मुझे ऑफिस का काम है, मैं आकर पढ़ाता हूँ। ओके पापा। पापा अब तो आप मुझे पढ़ाओगे ना? बेटा मैं बहुत थक गया हूँ और ऑफिस का काम भी है, तुम मम्मा के पास चली जाओ। ओके पापा। थोड़ा सा तो पढ़ा दीजिए प्लीज। ओके ठीक है बेटा, आप अपने कमरे में जाओ, मैं वहीं आती हूँ। ओके मम्मा, मैं वेट करती हूँ। छोटी वाली साइड में।
नादान लड़की, तुम मेरी जाल में पूरी तरह से फंस चुकी हो कि तुम मेरा शिकार हो चुकी हो। मेरा नया शिकार। रात दी गल सुनियो सुनियो वे, रात दी गल सुनियो सुनियो वे, कोई ना चार चुफेरे तुम्हारे 5000 FB फ्रेंड होंगे, लेकिन तुम्हारे एक भी फ्रेंड तुम्हें बचा नहीं सकते। वीरान शक्तिमान। नहीं है, सोशल मीडिया का ज्यादा उपयोग करने से आपके बच्चे की ये स्थिति हुई है। अभी उसे अपने पन की जरूरत है। आप उसे ज्यादा से ज्यादा मोटिवेट कीजिए ताकि वो अपने रियल फ्रेंड्स के साथ ज्यादा से ज्यादा समय बिता सके। इसी से उसकी रिकवरी जल्दी होगी। ओके डॉक्टर, थैंक यू। कैसा वक्त आ गया है, हम अपने रिश्तों से ज्यादा वक्त सोशल मीडिया को दे रहे हैं। भूल जाते हैं वो खुशियाँ जो अपनों के साथ रहने में है। दूसरों की तकलीफों का मजाक बना देते हैं और अपनी तकलीफों को स्टेटस बना लेते हैं। हम इतना जरूरत से ज्यादा उपयोग करते हुए भूल रहे हैं कि सोशल मीडिया ही हमारा उपयोग कर रहा है। घायल परिंदा है तू, दिखलात जिंदा है तू, काफी है तुझ में हौसला। तेरी जुनू की आगे अंबर पनाही मांगे, कर डाले तू जो फैसला। रूठी तकदीरे तो क्या, टूटी शमशीरे तो क्या, टूटी शमशीरों से ही हो। कर हर मैदान
ਬਹੁਤ ਹੀ ਸਤਿਕਾਰਯੋਗ ਆਦਰਯੋਗ ਮੇਰੀ ਭੈਣ ਛੋਟੀ ਭੈਣ ਸੁਮਨ ਜੀ ਉਹਨਾਂ ਦੀ ਬ੍ਰਦਰ ਜਿਹੜੇ ਕਿ ਕਨੇਡਾ ਤੋਂ ਹਰ ਸਾਲ ਆਉਂਦੇ ਆ ਇੱਥੇ ਫੰਕਸ਼ਨ ਜਿਹੜਾ ਕਰਾ ਕੇ ਜਾਂਦੇ ਆ ਹੋਰ ਵੀ ਨਿੱਕਾ ਫੰਕਸ਼ਨ ਕਰਾਉਂਦੇ ਆ ਸਰਦਾਰ ਹਰਜਿੰਦਰ ਸਿੰਘ ਜੀ ਡੀ ਆਈ ਜੀ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਜਿਹਨਾਂ ਨੇ ਕਬੱਡੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਅਸੀਂ ਤੁਹਾਨੂੰ ਪਿਆਰ ਦੇ ਨਾਲ ਸਾਰੀ ਦੁਨੀਆ ਫਿੱਡੂ ਜੀ ਕਹਿੰਦੇ ਆ ਐਸ ਐਸ ਪੀ ਰਿਟਾਇਰ ਹੋਏ ਨੇ ਅਤੇ ਸਾਡੇ ਬਹੁਤ ਸਤਿਕਾਰਯੋਗ ਮੇਰੇ ਪਰਿਵਾਰ ਦੇ ਸਰਦਾਰ ਗੁਰਦੀਪ ਸਿੰਘ ਜੀ ਕਾਹਲੋਂ ਜੀ ਜੇ ਮੈਂ ਇਕੱਲੇ ਇਕੱਲੇ ਦਾ ਨਾਂ ਲੈਣ ਲੱਗਾ ਤਾਂ ਬਹੁਤ ਨਵਾਂ ਸਮਾਂ ਲੱਗ ਜਾਂਦਾ ਸਾਰੇ ਮੇਰੇ ਸਤਿਕਾਰਯੋਗ ਵੀਰ ਭੈਣਾਂ ਬੱਚੇ ਨੌਜਵਾਨ ਜਿਹੜੇ ਅੱਜ ਇਸ ਫੰਕਸ਼ਨ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਮੈਂ ਜੀਵਾਂ ਵੀ ਕਹਿਣਾ ਅਤੇ ਫਤਿਹ ਵੀ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਭ ਤੋਂ ਵੱਡੀ ਸੇਵਾ ਇਨਸਾਨੀਅਤ ਦੀ ਆ ਜਿਹੜਾ ਦੁਨੀਆਂ ਦਾ ਦੂਜਾ ਰਾਬਿਆ ਡਾਕਟਰ ਹਸਪਤਾਲ ਜਿਹੜਾ ਕਿ ਭੈਣ ਜੀ ਅਨੇਕਾਂ ਬੱਚਿਆਂ ਦਾ ਅਨੇਕਾਂ ਅੱਖਹੀਣਾਂ ਦਾ ਜਿਹੜਾ ਕਿ ਇੱਥੇ ਕੈਂਪ ਲਾ ਕੇ ਵੀ ਆਪਣੇ ਅੱਖਾਂ ਦੇ ਜਿਹੜੇ ਗਰੀਬ ਗੁਰਬੇ ਆ ਨਹੀਂ ਇਲਾਜ ਕਰਾ ਸਕਦੇ ਉਹਨਾਂ ਦੇ ਰਿੰਝ ਵੀ ਪਾਉਂਦੇ ਆ ਉਹਨਾਂ ਦਾ ਹੋਰ ਵੀ ਇਲਾਜ ਜਿਹੜਾ ਹੁਣ ਦਵਾਈ ਦਾ ਉਹਦਾ ਉਹਦਾ ਵੀ ਕਰਦੇ ਆ ਅਤੇ ਹੋਰ ਅਨੇਕਾਂ ਹੀ ਜਿਹੜੇ ਤਰ੍ਹਾਂ ਦੇ ਡਾਕਟਰ ਇੱਥੇ ਹਰ ਤਰ੍ਹਾਂ ਦਾ ਡਾਕਟਰ ਆ ਔਰ ਜਿੰਨੀ ਵੱਧ ਤੋਂ ਵੱਧ ਸਹੂਲਤ ਦੇ ਰਹੇ ਨੇ ਇਹ ਸ਼ਲਾਘਾਯੋਗ ਆ ਸੋ ਸਾਰੇ ਆਪਣੀ ਇਹਨਾਂ ਜਾਰੀ ਜ਼ਿੰਦਗੀ ਜਿਹੜੀ ਆ ਇਨਸਾਨੀਅਤ ਦੇ ਸੇਵਾ ਦੇ ਵਿੱਚ ਲਾਤੀ ਆ ਔਰ ਇਹਨਾਂ ਦਾ ਜਿੰਨਾ ਵੀ ਸਿਫਤ ਕਰ ਲਓ ਉਨੀ ਥੋੜ੍ਹੀ ਆ ਇਹਨਾਂ ਦੇ ਨਾਲ ਸਾਡੇ ਚਾਚਾ ਜੀ ਅਮਰ ਸੋਨਾ ਨੇ ਬੜਾ ਵੱਡਾ ਸਾਥ ਦਿੱਤਾ ਇਸ ਇੰਸਟੀਚਿਊਟ ਨੂੰ ਕਾਮਯਾਬ ਕਰਨ ਵਾਸਤੇ ਇਸ ਹਸਪਤਾਲ ਨੂੰ ਕਾਮਯਾਬ ਕਰਨ ਵਾਸਤੇ ਉਹਨਾਂ ਨੇ ਬੜਾ ਵੱਡਾ ਯੋਗਦਾਨ ਦਿੱਤਾ ਕਿ ਉਹਨਾਂ ਆਪਣੇ ਬੱਚਿਆਂ ਲਈ ਉਹਨਾਂ ਕੰਮ ਨਹੀਂ ਕੀਤਾ ਜਿਹੜਾ ਇੱਥੇ ਹਸਪਤਾਲੇ ਕੀਤਾ ਸੋ ਇੱਦਾਂ ਦੇ ਜਿਹੜੇ ਕੰਮ ਕਰਨੇ ਚਾਹੀਦੇ ਨੇ ਜ਼ਿੰਦਗੀ ਵਿੱਚ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਆ ਇੱਕ ਵਿੱਦਿਆ ਇੱਕ ਡਾਕਟਰੀ ਅਤੇ ਇੱਕ ਸਾਡੇ ਜਿਹੜੇ ਆਉਣ ਜਾਣ ਦੇ ਰੋਡ ਸਾਈਡ ਇਹ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਬੜੀ ਜ਼ਿੰਦਗੀ ਵਿੱਚ ਲੋੜ ਇਹਨਾਂ ਦੀ ਸੋ ਇਹ ਜਿਹੜੀ ਸੇਵਾ ਕਰ ਰਹੇ ਨੇ ਬਹੁਤ ਸ਼ਲਾਘਾਯੋਗ ਅਤੇ ਮੈਂ ਬਹੁਤਾ ਲੰਮਾ ਸਮਾਂ ਨਾ ਲਵਾਂ ਬੱਚਿਆਂ ਨੇ ਜਿਹੜਾ ਟੈਲੀਫੋਨ ਦਾ ਦੱਸਿਆ ਵਾਕਿਆ ਹੀ ਸਾਰੀ ਦੁਨੀਆ ਅਸੀਂ ਵੀ ਇਸ ਘੇਰੇ ਦੇ ਵਿੱਚ ਆ ਗਏ ਹਾਂ ਇਹ ਰਾਤ ਨੂੰ ਵੀ ਕਈ ਵਾਰੀ ਸੌਣ ਨਹੀਂ ਦਿੰਦਾ ਅੱਧੀ ਰਾਤ ਨੂੰ ਵੀ ਫੋਨ ਆ ਜਾਂਦੇ ਆ ਅਤੇ ਬੱਚੇ ਤਾਂ ਵਟਸਐਪ 'ਤੇ ਲੱਗੇ ਰਹਿੰਦੇ ਆ ਅਤੇ ਸਿਆਣੇ ਬਿਆਣੇ ਸਭ ਇਹੋ ਇੱਕੋ ਗੱਲ 'ਤੇ ਰਹਿ ਗਿਆ ਸਾਡੀ ਜਿਹੜਾ ਭਾਈਚਾਰਾ ਆ ਉਹ ਬਹੁਤ ਟੁੱਟ ਗਿਆ ਸੱਭਿਆਚਾਰ ਸਾਡੇ ਹੋਰ ਟੁੱਟ ਗਏ ਲੇਕਿਨ ਇਹਦੇ ਵਿੱਚ ਹੀ ਰਹਿ ਗਏ ਅਸੀਂ ਸੋ ਮੈਂ ਬਹੁਤਾ ਲੰਮਾ ਸਮਾਂ ਨਾ ਰਹਿੰਦਾ ਹੋਇਆ ਸਾਰਿਆਂ ਨੂੰ ਇੱਥੇ ਆਉਣ 'ਤੇ ਭੈਣ ਜੀ ਵੱਲੋਂ ਆਪਣੇ ਵੱਲੋਂ ਜੀ ਆਇਆਂ ਕਹਿੰਦਾ ਅੱਜ 13ਵਾਂ ਨਡਾਲਾ ਸਾਹਿਬ 13ਵਾਂ ਅੱਜ ਇਹ ਯਾਦਾਂ ਫੈਸਟੀਵਲ 13 ਪੂਰੇ ਕਰਕੇ ਅੱਜ 14ਵਾਂ ਯਾਦਾਂ ਫੈਸਟੀਵਲ ਤੁਹਾਡੇ ਵਿੱਚ ਜੋ ਬੱਚਿਆਂ ਵੱਲੋਂ ਪ੍ਰਾਯੋਜਨ ਕੀਤਾ ਜਾ ਰਿਹਾ
ਸਾਡੇ ਵਿੱਚ ਸਰਦਾਰ ਰੇਸ਼ਮ ਸਿੰਘ ਦੋਸਾਂਝ ਸਾਹਿਬ ਆਏ ਨੇ, ਉਹਨਾਂ ਦਾ ਇੱਥੇ ਪਹੁੰਚਣ 'ਤੇ ਐਪੀ ਚੈਰੀਟੇਬਲ ਸੰਸਥਾ ਵੱਲੋਂ ਇੱਕ ਸਵਾਲ ਕਰਦੇ ਹਾਂ। ਸਰਦਾਰਨੀ ਬਲਵੀਰ ਕੌਰ ਦੋਸਾਂਝ ਜੀ ਔਰ ਬਹੁਤ ਹੀ ਵਧੀਆ ਸਾਡੇ ਸਾਰੇ ਕਲਾਕਾਰਾਂ ਦੇ ਪ੍ਰੇਮੀ ਸਤਿਕਾਰਯੋਗ ਰੰਧਾਵਾ ਸਾਹਿਬ, ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਔਰ ਤਹਿਸੀਲਦਾਰ ਸਾਹਿਬ ਸਰਦਾਰ ਗੁਰਮੀਤ ਸਿੰਘ ਨਿਡਾਲਾ ਸਾਹਿਬ, ਗੁਰਦੀਪ ਸਿੰਘ ਮਿੰਟੂ ਪ੍ਰਧਾਨ ਨਗਰ ਕੌਂਸਲ ਔਰ ਭਜਨ ਸਿੰਘ ਧੀਰਪੁਰ ਨੰਬੜਦਾਰ ਅਤੇ ਅਜੀਤ ਅਖਬਾਰ ਨੂੰ ਵਿਵਸਥਾ ਰੱਖਦੇ ਹੋਏ ਬਹੁਤ ਹੀ ਸਤਿਕਾਰ ਸਨਮਾਨਯੋਗ ਕਰਮਪਾਲ ਸਿੰਘ ਢਿੱਲੋਂ ਸਾਹਿਬ, ਬੜੇ ਜਿਹਨਾਂ ਕੋਲ ਅਸੀਂ ਸਾਰੇ ਲੋਕ ਬੋਲਣਾ ਸਿੱਖਦੇ ਹਾਂ। ਕਰਮਪਾਲ ਸਿੰਘ ਢਿੱਲੋਂ ਸਾਹਿਬ ਹੁਣੇ 38ਵਾਂ ਸਰਬ ਭਾਰਤੀ ਲੋਕ ਕਲਾਵਾਂ ਦਾ ਮੇਲਾ ਮਨਾ ਕੇ ਹਟੇ ਆ ਔਰ ਜੱਸੀ ਭੁੱਲਰ ਸਾਡਾ ਸਾਰੇ ਸਤਿਕਾਰਤ ਨੇ, ਗੀਤਕਾਰ ਹੈ, ਸੂਫੀ ਗਾਲੀ ਦਾ ਬਹੁਤ ਵੱਡਾ ਸਰਨਾਮਾ ਹੈ ਜੱਸੀ ਭੁੱਲਰ, ਮੰਡਾਰ ਕਰਤਾਰਵੀ ਸਾਹਿਬ ਸਾਡੇ ਆਈਡੀਅਲ ਨੇ, ਸਾਡੇ ਵੱਡੇ ਭਰਾ ਵੀ ਨੇ, ਮਾਂ ਪਿਓ ਵੀ ਨੇ, SSP ਸਾਹਿਬ ਰਜਿੰਦਰ ਸਿੰਘ ਜੀ, ਸਾਰੇ ਹੀ ਸਨਮਾਨਯੋਗ ਔਰ ਡਾਕਟਰ ਰਵੀਪਾਲ ਜੀ, ਨਾਲ ਦੀ ਨਾਲ ਸਾਡੇ ਬਹੁਤ ਹੀ ਜਿਹਨਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ ਉਹ ਡਾਕਟਰ ਸਾਹਿਬਾਨ, ਡਾਕਟਰ ਸਾਰੇ ਰਿਸਪੈਕਟੇਬਲ ਨੇ, ਪਰ ਡਾਕਟਰ ਪ੍ਰਮੋਦ ਮਹਿੰਦਰ ਸਾਹਿਬ ਇੱਥੇ ਆਏ ਨੇ, ਉਹਨਾਂ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ, ਬਹੁਤ ਵੱਡੀ ਸੇਵਾ ਹੋਸਪਿਟਲ ਨੂੰ ਵੀ ਅਤੇ ਇੱਥੇ ਜਿਹਨੇ ਲੋਕਲ ਮੰਦਰ ਹੈ ਉਹਨਾਂ ਨੂੰ ਵੀ ਉਹ ਕਰਦੇ ਨੇ। ਮੈਂ ਮਾਈਕ ਓਵਰ ਟੂ ਸਾਡੇ ਸਤਿਕਾਰਯੋਗ ਭੈਣ ਜੀ, ਜਿਹਨਾਂ ਨੂੰ ਮੈਂ ਪਿਆਰ ਦੇ ਨਾਲ ਕਰਤਾਰਪੁਰ ਦੀ ਨਹੀਂ ਜਲੰਧਰ ਦੀ ਨਹੀਂ ਪੰਜਾਬ ਦੀ ਮਦਰ ਟੈਰੇਸਾ ਆਖਦਾ, ਜ਼ੋਰਦਾਰ ਤਾੜੀਆਂ ਨਾਲ ਵਾਸਤੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰਨਾ ਸਾਡੇ ਸੀਨੀਅਰ ਮੋਸਟ ਡਾਕਟਰ ਰਵੀਪਾਲ ਜੀ, ਜਿਹੜੇ ਡਾਕਟਰ ਪੰਕਜ ਪਾਲ ਦੇ ਫਾਦਰ ਹੈਗੇ, ਸਾਨੂੰ ਉਹਨਾਂ ਦਾ ਆਸ਼ੀਰਵਾਦ ਵੀ ਬਹੁਤ ਜ਼ਰੂਰੀ ਚਾਹੀਦਾ ਔਰ ਉਹਨਾਂ ਦਾ ਆਉਣਾ ਸਾਨੂੰ ਮਾਇਨੇ ਰੱਖਦਾ ਬਹੁਤ ਸਾਰਾ। ਡਾਕਟਰ ਪ੍ਰਮੋਦ ਮਹਿੰਦਰ ਜਿਹੜੇ ਸਾਰੀਆਂ ਹੱਡੀਆਂ ਟੁੱਟੀਆਂ ਸਭ ਜੋੜ ਦਿੰਦੇ ਆ, ਉਹਨਾਂ ਦੇ ਮਿਸਿਜ਼ ਡਾਕਟਰ ਅਮੀਰ ਜਿਹੜੇ ਤੁਹਾਡੀ ਕਿਡਨੀ ਦੇ ਸਪੈਸ਼ਲਿਸਟ ਹੈ, ਸੁਪਰ ਸਪੈਸ਼ਲਿਸਟ ਹੈ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਸਾਡੇ ਕੋਲ ਡਾਕਟਰ ਤੇ 13 ਸਪੈਸ਼ਲਿਸਟ ਆਉਂਦੇ, 14ਵੀਂ ਸਾਡੇ ਡਾਕਟਰ, 2 ਡਾਕਟਰ ਜਿਹੜੇ ਯੂਨੀਅਨ ਹੈਗੇ ਆ, ਲੇਕਿਨ ਡਾਕਟਰ ਪ੍ਰਮੋਦ ਦੀ ਖਾਸੀਅਤ ਹੈ ਨਾ ਤਾਂ ਧਰਮ ਛੱਡਦੇ ਨਾ ਸਮਾਜ ਸੇਵਾ ਛੱਡਦੇ ਆ। ਤੁਹਾਨੂੰ ਬਹੁਤ ਖੁਸ਼ੀ ਹੋਏਗੀ ਕਿ ਰੀਸੈਂਟਲੀ ਉਹਨਾਂ ਨੇ ਤਕਰੀਬਨ 1,20,000 ਦੇ ICU ਦੇ ਬੈੱਡ ਸਾਨੂੰ ਲੈ ਕੇ ਦਿੱਤੇ ਆ, ਸੇਵਾ ਦੇ ਨਾਲ ਸੇਵਾ ਅਤੇ ਦਾਨ ਦੇ ਨਾਲ ਦਾਨ, ਉਹਨਾਂ ਲਈ ਜ਼ੋਰਦਾਰ ਤਾਲੀਆਂ। ਡਾਕਟਰ ਬੱਗਾ ਵੀ ਆ ਰਹੇ, ਵਿਨੋਦ ਬੱਗਾ, ਉਹਨਾਂ ਦੇ ਮਿਸਰ ਅਭਿਲਾਸ਼ਾ ਜੀ ਜਿਹੜੇ ਬੈਂਕ ਮੈਨੇਜਰ ਰਿਟਾਇਰ ਹੋਏ ਇੱਥੋਂ, ਪਿੱਛੇ ਸਭ ਤੋਂ ਸੀਨੀਅਰ ਮੋਸਟ ਸਰਦਾਰ ਚਰਨ ਸਿੰਘ ਜੀ ਨੇ, ਜ਼ੋਰਦਾਰ ਤਾਲੀਆਂ ਵਿਸ਼ਰਾਮਪੁਰ ਤੋਂ, ਜਿਹੜੇ ਇੰਗਲੈਂਡ ਤੋਂ ਆਲ ਦਾ ਵੇ, ਦੇਖੋ ਵੀਲ ਚੇਅਰ 'ਤੇ ਆਉਂਦੇ ਪਏ ਤੁਹਾਡੇ ਕੋਲ ਬੈਠੇ, ਇਹਨਾਂ ਦਾ ਦਿਨ ਅਸੀਂ ਨਹੀਂ ਦੇ ਸਕਦੇ। 92 'ਚ ਅਸੀਂ ਡਿਸਪੈਂਸਰੀ ਸ਼ੁਰੂ ਕੀਤੀ ਸੀ, 92 'ਚ ਪਹਿਲਾ ਵਾਟਰ ਕੂਲਰ ਇਹਨਾਂ ਨੇ ਸਾਨੂੰ ਲਵਾ ਕੇ ਦਿੱਤਾ ਸੀ, ਔਰ ਹੁਣੇ ਬਦਕਿਸਮਤੀ ਨਾਲ ਇਹਨਾਂ ਦੇ ਬੇਟਾ ਜਿਹੜਾ ਬਹੁਤ ਸਭ ਕੁਛ ਸੀਗੇ ਉਹ ਐਕਸਪਾਇਰ ਹੋ ਗਏ, ਇਹਨਾਂ ਨੇ 9 ਲੱਖ ਰੁਪਈਆ ਹਸਪਤਾਲ ਨੂੰ ਉਹਨਾਂ ਦੀ ਯਾਦ ਵਿੱਚ ਦਿੱਤਾ। ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕਰੋ ਉਹਨਾਂ ਦਾ, ਦੇਖੋ ਕਿੱਥੋਂ ਇੰਗਲੈਂਡ ਤੋਂ ਚੱਲ ਕੇ ਸਾਨੂੰ ਮਿਲਣ ਲਈ ਆਏ ਇਹਨਾਂ ਦੇ ਮਿਸਿਜ ਵੀ ਅਤੇ ਇਹ ਵੀ। ਥੈਂਕ ਯੂ ਵੈਰੀ ਮਚ ਅੰਕਲ ਜੀ, ਬਹੁਤ ਬਹੁਤ ਸਵਾਗਤ ਹੈ। ਇਹਦੇ ਨਾਲ ਹੀ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਡਾਕਟਰ ਹਰੀਚੰਦ ਜੀ 2100 ਰੁਪਇਆ, ਬ੍ਰਿਗੇਡੀਅਰ ਮਨਜੀਤ ਸਿੰਘ ਜੀ 5100 ਰੁਪਇਆ, ਸਰਦਾਰ ਕੁਲਦੀਪ ਸਿੰਘ ਜੀ ਸਰਾਏ ਖਾਸ 5000 ਰੁਪਇਆ,
ਨਿਤਿਨ ਕੋਮਲ ਅਗਰਵਾਲ 2100 ਰੁਪਇਆ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਕੰਟਰੀਬਿਊਸ਼ਨ ਵਾਸਤੇ, ਥੈਂਕ ਯੂ ਵੈਰੀ ਮੱਚ। ਸਾਡੇ ਵਿੱਚ ਮੀਡੀਆ ਪਰਸਨ, ਸਾਡੇ ਬਹੁਤ ਹੀ ਸਤਿਕਾਰਯੋਗ ਰਕੇਸ਼ ਭਾਰਤੀ ਜੀ ਫਿਦਾ ਚੈਨਲ ਤੋਂ, ਚੰਦਰਾ ਸਰਾਏ ਜੀ ਔਰ ਨਾਲ ਦੀ ਨਾਲ ਬੋਧ ਪ੍ਰਕਾਸ਼ ਸਾਹਨੀ ਸਾਹਿਬ ਅਤੇ ਨਾਲ ਜਨਕ ਜੀ, ਵਿੱਕੀ ਜੀ, ਸਾਰੇ ਹੀ ਮੀਡੀਆ ਪਰਸਨ, ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਸਾਰੇ ਪਹੁੰਚੇ ਨੇ। ਸਾਡੇ ਅੰਕਲ ਜੀ ਖਾਸ ਕਰਕੇ ਇੰਗਲੈਂਡ ਦੇ ਵਿੱਚ ਇੱਕ ਬਹੁਤ ਵੱਡਾ ਚੈਨਲ ਹੈ, ਜਿੱਦਾਂ ਇੱਧਰ ਅਕਾਲ ਚੈਨਲ ਔਰ ਉਹਨਾਂ ਦੀ ਹੋਸਟ ਵੀ ਨੇ ਉੱਥੇ, ਇਹ ਉਹਨਾਂ ਦਾ ਚੱਲਦਾ ਪਿਆ, ਉਹ ਵਿਗਿਆਨ ਦੇ ਵਿੱਚ ਅਕਾਲ ਚੈਨਲ ਚੱਲਦਾ, ਉਹਦੇ ਇਹ ਹੁਨਰ ਵੀ ਨੇ। ਫਿਰ ਦੁਬਾਰਾ ਸਾਰੇ ਹੀ ਐਮ ਸੀ ਸਾਹਿਬਾਨ, ਸਾਰੇ ਹੀ ਸਤਿਕਾਰਯੋਗ ਡਾਕਟਰ ਪ੍ਰਮੋਦ ਜੀ, ਕਿ ਬਦਾਮ ਖਾਧਿਆ ਜੇ ਕਿਸੇ ਨੂੰ ਅਕਲ ਆਉਂਦੀ ਤਾਂ ਇੱਥੇ ਹਰ ਕੋਈ ਅਕਲਮੰਦ ਹੁੰਦਾ। ਬਦਾਮ ਤੁਹਾਡੇ ਵਾਸਤੇ ਆ ਖਾਸ ਕਰਕੇ, ਬਦਾਮ ਖਾਧਿਆ ਜੇ ਕਿਸੇ ਨੂੰ ਅਕਲ ਆਉਂਦੀ, ਨਡਾਲਾ ਸਾਹਿਬ, ਬਦਾਮ ਖਾਧਿਆ ਜੇ ਕਿਸੇ ਨੂੰ ਅਕਲ ਆਉਂਦੀ ਤੇ ਇੱਥੇ ਹਰ ਕੋਈ ਅਕਲਮੰਦ ਹੁੰਦਾ। ਸੁਰਖੀ ਪਾਊਡਰ ਲਾ ਕੇ ਜੇ ਰੂਪ ਨਿਖਰ ਜਾਂਦਾ, ਇੱਥੇ ਜਣਾ ਖਾਣਾ 14ਵੀਂ ਦਾ ਚੰਦ ਹੁੰਦਾ, ਪਰ ਦਿਆਲਪੁਰੀ ਮੰਜ਼ਲਾਂ ਉਹੀ ਪਾਉਂਦੇ ਨੇ ਜਿਹਨਾਂ ਦਾ 24 ਘੰਟੇ ਹੌਸਲਾ। ਡਾਕਟਰ ਪ੍ਰਮੋਦ ਜੀ ਵਾਸਤੇ ਜ਼ੋਰਦਾਰ ਤਾੜੀਆਂ, ਸਾਰੇ ਡਾਕਟਰ ਸਾਹਿਬਾਂ ਵਾਸਤੇ। ਮੈਂ 2 ਮਿੰਟ ਵਾਸਤੇ ਸਾਡੇ ਸਾਬਕਾ SSP ਸਾਹਿਬ ਸਰਦਾਰ ਰਜਿੰਦਰ ਸਿੰਘ, ਉਹਨਾਂ ਨੂੰ ਬੇਨਤੀ ਹੈ ਕਿ ਉਹ ਅੱਜ ਦੇ ਇਸ 14ਵੇਂ ਯਾਦਾਂ ਫੈਸਟੀਵਲ ਨੂੰ ਮੁਬਾਰਕਾਬਾਦ ਦੇਣ। ਆਪੀ ਟਰਸਟ ਚੈਰੀਟੇਬਲ ਟਰਸਟ ਯਾਦਾਂ ਫੈਸਟੀਵਲ, ਇਸ ਟਰਸਟ ਦੇ ਅਹੁਦੇਦਾਰ ਡਾਸਾ ਮੈਡਮ ਸੁਮਨ ਜੀ, ਉਹਨਾਂ ਦੀ ਸਾਰੀ ਟੀਮ ਔਰ ਦੇਸ਼ ਵਿਦੇਸ਼ 'ਚੋਂ ਜੋ ਇਸ ਟਰੱਸਟ ਨਾਲ ਜੁੜੇ ਹੋਏ ਸਾਥੀ ਡਾਕਟਰ ਸਾਹਿਬਾਨ, ਸਾਰੇ ਪਾਰਟੀਆਂ ਦੇ ਅਹੁਦੇਦਾਰ, ਬ੍ਰਿਗੇਡੀਅਰ ਸਾਹਿਬ ਬੈਠੇ ਨੇ ਜਿਹੜੇ ਟਰੱਸਟ ਨਾਲ ਬਹੁਤ ਜੁੜੇ ਆ, ਇਹਨਾਂ ਦੇ ਪੇਰੈਂਟਸ ਵੀ ਸ਼ੁਰੂ ਤੋਂ ਨਾਲ ਸੀ, ਨਡਾਲਾ ਸਾਹਿਬ ਅਸੀਂ ਇਕੱਠਿਆਂ ਜੋਬ ਵੀ ਕੀਤੀ ਹੈ, ਰਾਣਾ ਰੰਧਾਵਾ ਜੀ ਸਾਬਕਾ ਚੇਅਰਮੈਨ ਟਰੱਸਟ ਔਰ ਕਾਂਗਰਸ ਦੀ ਸਾਰੀ ਟੀਮ, ਪ੍ਰਧਾਨ ਜੀ, ਅਹੁਦੇਦਾਰ, ਬਾਕੀ ਵੱਖ ਵੱਖ ਪਾਰਟੀਆਂ ਦੇ ਅਹੁਦੇਦਾਰ, ਡਾਕਟਰ ਸਾਹਿਬਾਨ, ਭੈਣਾਂ ਅਤੇ ਬੱਚਿਓ, ਜੋ ਅੱਜ ਦੇਖ ਕੇ ਔਰ ਸੁਣ ਕੇ ਬੜਾ ਮਨ ਖੁਸ਼ ਹੋਇਆ। ਮੈਂ ਡਿਊਰਿੰਗ ਸਰਵਿਸ ਵੀ 3-4 ਟਰੱਸਟਾਂ ਦਾ ਮੈਂਬਰ ਰਿਹਾ, ਜਿੱਥੇ ਮੈਂ ਲੱਗਿਆ ਉੱਥੇ ਮੈਂ ਟਰੱਸਟ ਦਾ ਮੈਂਬਰ ਬਣ ਜਾਂਦਾ ਸੀ, ਮੈਂ ਸੂਬੇ ਲੱਗਾ ਰਿਹਾ ਅਤੇ ਉੱਥੇ ਮੈਂ ਅੱਜ ਵੀ ਕਾਲਜ ਦਾ, ਲੜਕੀਆਂ ਦਾ ਕਾਲਜ ਹੈ, ਮੈਂ ਉੱਥੋਂ ਦਾ ਟਰੱਸਟੀ ਹੈ। ਇੱਕ ਵਾਰੀ ਮੈਨੂੰ ਉੱਥੇ ਚੀਫ ਗੈਸਟ ਬਣਾਇਆ, ਯੂਥ ਫੈਸਟੀਵਲ ਸੀ ਅਤੇ ਮੈਂ ਚਲੇ ਗਿਆ ਉੱਥੇ, ਜਿਸ ਤਰ੍ਹਾਂ ਮੈਡਮ ਡਾਕਟਰ ਸੁਮਨ ਜੀ ਚਲਾਉਂਦੇ, ਉੱਥੇ ਪ੍ਰਿੰਸੀਪਲ ਮੈਡਮ ਕਹਿੰਦੀ ਜੀ ਸਰ ਤੁਸੀਂ ਇੱਕ ਕਮਰਾ ਅਨਾਊਂਸ ਕਰਨਾ ਹੈ, ਲੜਕੀਆਂ ਦਾ ਕਾਲਜ ਹੈ ਅਤੇ ਸਪੋਰਟਸ ਵਿੰਗ ਦਾ ਬੱਚਿਆਂ ਲਈ ਕਮਰਾ ਕੋਈ ਨਹੀਂ। ਮੈਂ ਉੱਥੇ ਮੈਡਮ ਨੂੰ ਕਹਿ ਬੈਠਾ, ਮੈਂ ਕਿਹਾ ਜੀ ਮੈਂ DSP ਸੀ, ਮੈਂ ਕਿਹਾ ਮੇਰੀ ਤਾਂ ਤਨਖਾਹ ਥੋੜ੍ਹੀ ਹੈ, ਕਮਰੇ 'ਤੇ ਤਾਂ ਪੈਸੇ ਜ਼ਿਆਦਾ ਲੱਗਣੇ ਹੈ, ਅਤੇ ਮੈਂ ਜਿੰਨਾ ਸਰਦਾ ਮੈਂ ਉਨਾ ਅਨਾਊਂਸ ਕਰਦਾ। ਕਹਿੰਦੀ ਨਾ ਜੀ ਨਾ, ਤੁਸੀਂ ਕਮਰਾ ਅਨਾਊਂਸ ਕਰਨਾ।
ਮੈਂ ਉੱਥੇ ਬੈਠਿਆ ਕਿਸੇ ਮਹਾਂਪੁਰਸ਼ਾਂ ਨੂੰ ਫੋਨ ਮਿਲਾ ਲਿਆ, ਮੈਂ ਕਿਹਾ ਜੀ ਮੈਂ ਇੱਕ ਗਲਤੀ ਕਰਨ ਲੱਗਾ ਹੈ। ਕਹਿੰਦੇ ਉਹ ਦਬਦਬਾ ਘਬਰਾ ਗਿਆ ਮਹਾਂਪੁਰਸ਼ ਬਾਬਾ ਜੀ ਜੋੜਿਆ ਵਾਲੇ ਸੰਤ ਨਿਰਮਲ ਦਾਸ ਜੀ ਵੀ ਮੇਰਾ ਇਹਨਾਂ ਨਾਲ 93 ਤੋਂ ਪਿਆਰ ਹੈ। ਮੈਂ ਉਦੋਂ ਐਸ ਐਚ ਓ ਹੁੰਦਾ ਸੀ, ਉਦੋਂ ਤੋਂ ਇਸ ਏਰੀਏ 'ਚ ਮੈਂ ਘੁੰਮਦਾ ਸੀ ਅਤੇ ਮੇਰਾ ਇਹਨਾਂ ਨਾਲ ਬੜਾ ਪਿਆਰ ਆ, ਉਹਨਾਂ ਦਾ ਆਸ਼ੀਰਵਾਦ ਵੀ ਹੈ ਮੈਨੂੰ। ਮੈਨੂੰ ਕਹਿੰਦੇ ਇੱਕ ਗਲਤੀ ਹੋਰ ਕਰ, ਇਹ ਨਾ ਕਰ ਦੋ ਕਰ। ਮੈਂ ਉੱਥੇ ਦੋ ਕਮਰੇ ਅਨਾਊਂਸ ਕਰਕੇ ਬਾਬਾ ਜੀ ਨੂੰ ਲੈ ਗਿਆ। ਉਦੋਂ ਦਾ ਮੈਂ ਟਰੱਸਟ ਦਾ ਮੈਂਬਰ ਹੈ, ਮੈਨੂੰ ਪਤਾ ਹੈ ਵੀ ਇਹ ਟਰੱਸਟ ਤਾਂ ਹੀ ਚੱਲਦਾ ਜੇ ਸਾਰਿਆਂ ਦਾ ਸਹਿਯੋਗ ਹੋਵੇ। ਇਕੱਲਾ ਟਰੱਸਟੀ ਮੈਂਬਰ ਕੁਛ ਨਹੀਂ ਕਰ ਸਕਦੇ, ਇਹ ਸਾਰਿਆਂ ਦੀ ਜਿੰਨੀ ਜਿੰਨੀ ਆਪਾਂ ਸੇਵਾ ਕਰਾਂਗੇ ਓਨਾ ਹੀ ਵਧੀਆ ਚੱਲ ਸਕਦਾ। ਆਪਣੇ ਇਲਾਕੇ ਦੀ, ਬਜ਼ੁਰਗਾਂ ਦੀ, ਬੱਚਿਆਂ ਦੀ, ਸਾਰਿਆਂ ਦੀ ਤਾਂ ਹੀ ਦੇਖਭਾਲ ਹੋ ਸਕਦੀ ਹੈ, ਚਾਹੇ ਮੈਡੀਕਲ ਲਾਈਨ ਹੋਵੇ ਚਾਹੇ ਐਜੂਕੇਸ਼ਨ ਲਾਈਨ ਹੋਵੇ, ਇਹ ਤਾਂ ਹੀ ਕੰਮ ਚੱਲ ਸਕਦੇ ਆ। ਸਰਕਾਰ ਦਾ ਤਾਂ ਪਤਾ ਹੀ ਆ ਸਾਰਿਆਂ ਨੂੰ ਕਿਸ ਤਰ੍ਹਾਂ ਦਾ ਹਾਲ ਹੈ। ਜੇ ਇਸ ਤਰ੍ਹਾਂ ਦੇ ਟਰੱਸਟ ਨਾ ਕੰਮ ਕਰਨ ਤਾਂ ਦੇਖੀਏ ਕੀ ਹਾਲ ਹੋ ਸਕਦਾ। ਬਿਨਾਂ ਇਲਾਜ ਤੋਂ ਕਈ ਗਰੀਬ ਜਨਤਾ ਮਾਰੀ ਜਾ ਰਹੀ ਹੈ, ਜਿਹਦੇ ਵਿਚਾਰੇ ਟੈਸਟ ਹੀ ਨਹੀਂ ਕਰ ਸਕਦੇ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਸਾਨੂੰ ਕੀ ਬਿਮਾਰੀ ਹੈ ਅਤੇ ਇਲਾਜ ਕਿੱਥੋਂ ਕਰਾਉਣਾ ਹੈ। ਮੈਂ ਸਾਰੇ ਟਰੱਸਟ ਵੀਰਾਂ ਦਾ ਔਰ ਜੋ ਸਾਰੇ ਸਹਿਯੋਗ ਕਰਦੇ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਡਾਕਟਰ ਸਾਹਿਬ ਨੂੰ ਆਣ ਕੇ ਮਿਲਾਂਗਾ, ਮੇਰੇ ਮੈਡੀਕਲ ਹੋਲਸੇਲ ਦੇ ਕਾਫੀ ਦੋਸਤ ਹੈ, ਮੈਂ ਆਉਂਦਿਆਂ ਗੱਲ ਕੀਤੀ ਸੀ। ਮੈਂ ਸਟੇਜ 'ਤੇ ਨਹੀਂ ਕਰਾਂਗਾ, ਮੈਂ ਇਕੱਲਿਆਂ ਗੱਲ ਕਰਾਂਗਾ। ਜਿੰਨੀ ਹੈਲਪ ਹੋ ਸਕਦੀ ਮੈਡੀਕਲ ਘੱਟ ਤੋਂ ਘੱਟ ਰੇਟ 'ਤੇ ਮੈਂ ਇੱਥੇ ਤਾਲਮੇਲ ਕਰਾ ਕੇ ਦਵਾਵਾਂਗਾ ਤਾਂ ਕਿ ਹੈਲਪ ਹੋ ਸਕੇ ਜਿਹੜੇ ਲੋਕ ਨਹੀਂ ਇਲਾਜ ਕਰਾ ਸਕਦੇ। ਮੈਂ ਅੱਜ ਆਪਣੇ ਵੱਲੋਂ ਇਸ ਟਰੱਸਟ ਵਿੱਚ 5100 ਰੁਪਇਆ ਸੇਵਾ ਪਾਉਣਾ ਅਤੇ ਮੈਂ ਅੱਗੇ ਜਾਣਾ ਸੀ, ਦਿਲ ਤਾਂ ਨਹੀਂ ਕਰਦਾ ਸੀਗਾ। ਬਹੁਤ ਅੱਛਾ ਪ੍ਰਬੰਧ ਹੈ, ਸੁਣਨ ਨੂੰ ਵੀ ਸਿੱਖਣ ਨੂੰ ਵੀ ਮਿਲਣਾ ਸੀ, ਪਰ ਮੇਰੀ ਮਜ਼ਬੂਰੀ ਹੈ। ਮੈਂ ਅੱਗੇ ਇੱਕ ਟਾਈਮ 12:30 ਦਿੱਤਾ ਸੀਗਾ, ਗੁਰੂ ਰਵਿਦਾਸ ਮਹਾਰਾਜ ਜੀ ਦਾ ਦਿਹਾੜਾ ਮਨਾ ਰਹੇ ਹਾਂ, ਲਾਂਬੜੇ ਲਾ ਕੇ ਮੈਂ ਉੱਥੇ ਟਾਈਮ ਦਿੱਤਾ, ਇਸ ਕਰਕੇ ਮੈਂ ਜਾਣਾ। ਤੁਹਾਡਾ ਸਾਰਿਆਂ ਦਾ, ਟਰੱਸਟ ਦੇ ਮੈਂਬਰਾਂ ਦਾ, ਡਾਕਟਰ ਸਾਹਿਬ ਦਾ, ਉਹਨਾਂ ਦੀ ਟੀਮ ਦਾ ਔਰ ਇਲਾਕਾ ਨਿਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦੀ ਹੈ, ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਆਪਦੇ ਸਭ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਹਾਂਜੀ ਸਰ, ਨਾਲ ਹੋ ਜਾਓ ਥੋੜ੍ਹਾ ਪਲੀਜ਼। ਆਓ ਜੀ, ਹਾਂਜੀ ਦੇਖਣਾ ਸਰ ਸਾਹਮਣੇ ਇੱਧਰ ਸਰ, ਵੇਟ ਕਰਨੀ ਵੇਟ ਸਰ। ਸਰਪੰਚ ਸਾਹਿਬ ਜਿੰਨੇ ਉਹਨਾਂ ਨੂੰ ਬੇਨਤੀ ਹੈ ਕੋਈ ਜਾਣ ਨਾ ਦੇਣਾ, ਜਿਹੜਾ ਪਿੰਡਾਂ 'ਚ ਅਸੀਂ ਕੈਂਪ ਲਾਏ ਹੋਏ ਸੀ ਉਹਨਾਂ ਨੂੰ ਓਨਰ ਜ਼ਰੂਰ ਕਰਨਾ ਹੈ, ਟੋਕਨ ਔਫ ਲਵ ਦੇਣਾ ਹੈ। ਤਰ੍ਹਾਂ ਹੈ ਸੱਭਿਆਚਾਰਕ ਮੇਲਾ, ਸੋ ਮੈਂ ਫਸਟ ਟਾਈਮ ਇੱਥੇ ਆਇਆ। ਮੈਂ ਕਾਫੀ ਸਮਾਂ ਕਰਤਾਰਪੁਰ ਗੁਜ਼ਾਰਿਆ ਚੌਧਰੀ ਜਗਜੀਤ ਹੋਣਾ ਦੇ ਨਾਲ ਵੀ ਪਿਛਲੇ 20-25 ਸਾਲਾਂ ਤੋਂ। ਮੈਡਮ ਨੂੰ ਮਿਲਣ ਦਾ ਮੌਕਾ ਤਾਂ ਬਹੁਤ ਵਾਰੀ ਮਿਲਿਆ, ਪਰ ਅੱਜ ਇਸ ਓਫੀਸ਼ੀਅਲ ਫੰਕਸ਼ਨ 'ਤੇ ਆਉਣ ਦਾ ਮੌਕਾ ਮਿਲਿਆ ਅਤੇ ਮੈਂ ਬਹੁਤ ਭਾਗਾਂ ਵਾਲਾ ਸਮਝਦਾ ਕਿਹੋ ਜਿਹੇ ਉਪਰਾਲੇ, ਲੋਕ ਸੇਵਾ ਦੇ ਉਪਰਾਲੇ, ਆ ਜਿਹੜੇ ਮਹਾਨ ਸ਼ਖਸੀਅਤਾਂ ਸਾਡੇ ਸਾਹਮਣੇ ਬੈਠੀਆਂ ਹਨ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਐਡੇ ਵੱਡੇ ਵੱਡੇ ਟਰੱਸਟ ਚੱਲਦੇ ਆ। ਸੋ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ, ਕਿਉਂਕਿ ਆਪਣੇ ਕਾਰੋਬਾਰ ਦੇ ਨਾਲ, ਕੰਮਾਂ ਕਾਰਾਂ ਦੇ ਨਾਲ ਇਨਸਾਨ ਨੂੰ ਲੋਕ ਸੇਵਾ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ, ਔਰ ਇਹ ਸੱਚੇ ਪਾਤਸ਼ਾਹ ਦੀ ਮਿਹਰ ਹੋਵੇ ਤਾਂ ਫਿਰ ਹੀ ਇਹ ਕਾਰਜ ਹੋ ਸਕਦੇ ਆ। ਸੋ ਮੈਂ ਬਹੁਤ ਹੀ ਧੰਨਵਾਦੀ ਹਾਂ ਸਾਰੀ ਟੀਮ ਦਾ ਜਿਨ੍ਹਾਂ ਨੇ ਆਪਣਾ ਯੋਗਦਾਨ ਪਾ ਕੇ ਇਸ ਟਰੱਸਟ ਨੂੰ ਇਸ ਬੁਲੰਦੀਆਂ 'ਤੇ ਪਹੁੰਚਾਇਆ, ਔਰ ਕਰਤਾਰਪੁਰ ਦੇ ਵਿੱਚ ਇਹ ਸੰਸਥਾ ਦਾ ਨਾਮ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ। ਲੋੜਵੰਦਾਂ ਦੀ ਮਦਦ, ਜਿਹੜੇ ਲੋਕ ਵਿਚਾਰੇ ਆਪਣੀ ਸਿਹਤ ਸੇਵਾਵਾਂ ਲੈਣ 'ਚ ਅਸਮਰਥ ਨੇ, ਉਹਨਾਂ ਨੂੰ ਸਿਹਤ ਸੇਵਾਵਾਂ ਦੇਣ 'ਚ ਬਹੁਤ ਵੱਡਾ ਯੋਗਦਾਨ।
ਇਹ ਸੰਸਥਾ ਨਿਭਾ ਰਹੀ ਆ ਔਰ ਮੈਂ ਮੈਡਮ ਨੂੰ ਵਾਅਦਾ ਕਰਦਾ ਕਿ ਆਉਣ ਵਾਲੇ ਸਮੇਂ 'ਚ ਸੱਚੇ ਪਾਤਸ਼ਾਹ ਤਾਕਤ ਬਖਸ਼ਣ ਜਿੰਨੀ ਯੋਗਾ ਵੀ ਮੈਂ ਹੋਊਂਗਾ ਤੁਹਾਡੀ ਇਸ ਟਰੱਸਟ ਲਈ ਹਾਜ਼ਰ ਹਾਂ ਜਿੱਥੇ ਵੀ ਮੇਰੀ ਲੋੜ ਹੋਵੇ ਤਨ ਮਨ ਧਨ ਦੇ ਨਾਲ ਮੈਂ ਖੜ੍ਹਾ ਔਰ ਜ਼ਿਆਦਾ ਨਾ ਸਮਾਂ ਲੈਂਦਾ ਹੋਇਆ ਕਿਉਂਕਿ ਮੈਂ ਵੀ ਕਿਤੇ ਰੁਝੇਵੇਂ ਤੌਰ 'ਤੇ ਜਾਣਾ ਸੀ ਰਜਿੰਦਰ ਭਾਅ ਜੀ ਨੇ ਪਹਿਲਾਂ ਜਾਣਾ ਥੋੜ੍ਹਾ ਮੈਂ ਵੀ ਕਿਤੇ ਜਾਣਾ ਸੀ ਸੋ ਮੈਂ ਤੁਹਾਡੇ ਸਾਰਿਆਂ ਦਾ ਵੱਖ ਵੱਖ ਪਾਰਟੀਆਂ ਦੇ ਲੀਡਰ ਸਾਹਿਬਾਨ ਸਤਿਕਾਰਯੋਗ ਸ਼ਖਸੀਅਤਾਂ ਦਾ ਖਾਸ ਤੌਰ 'ਤੇ ਸੁਮਨ ਮੈਡਮ ਦਾ ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਸਾਰਾ ਕੁਛ ਹੋ ਰਿਹਾ ਤੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਕਾਮਯਾਬ ਫੰਕਸ਼ਨ ਲਈ ਇਸ ਕਾਮਯਾਬ ਸੰਸਥਾ ਲਈ ਮੇਰਾ ਵੀਰ ਜੱਸੀ ਭੁੱਲਰ ਜਿਹਦੇ ਨਾਲ ਕਿ ਮੇਰਾ ਬਹੁਤ ਪੁਰਾਣਾ ਪਿਆਰ ਹੈ ਜਿਹਦੇ ਕਰਕੇ ਮੈਂ ਇੱਥੇ ਹਾਜ਼ਰ ਹੋਇਆ ਜਵਾਨੀ ਟਾਈਮ ਤੋਂ ਹੀ ਸਮਝ ਲਓ ਕਿ 25-24 ਸਾਲ ਦੀ ਉਮਰ ਤੋਂ ਹੀ ਜੱਸੀ ਭੁੱਲਰ ਦੇ ਨਾਲ ਮੇਰਾ ਵਾਹ ਵਾਸਤਾ ਰਿਹਾ ਬਹੁਤ ਹੀ ਪਿਆਰੇ ਇਨਸਾਨ ਹਨ ਸੋ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਸੋਸ਼ਲ ਵਰਕਰ ਨੇ ਸਾਰਿਆਂ ਨਾਲ ਆਪਣੀ ਉਹ ਸਾਡਾ ਹੋ ਜਾਂਦਾ ਜਿਹੜਾ ਸਾਡੇ ਨਾਲ ਇੱਕ ਵਾਰੀ ਮਿਲ ਕਰੋ ਸਰ ਉਹ ਸਾਡਾ ਨਡਾਲਾ ਸਾਹਿਬ ਉਹ ਸਾਡਾ ਹੀ ਹੋ ਜਾਂਦਾ ਜਿਹੜਾ ਇੱਕ ਵਾਰੀ ਸਾਨੂੰ ਮਿਲ ਲੈਂਦਾ ਇਸ ਕਰਕੇ ਇਹ ਕੁਆਲਿਟੀ ਇਹਨਾਂ ਵਿੱਚ ਲੇਡੀਜ਼ ਕੌਂਸਲਰ ਇਹ ਬਹੁਤ ਬਹੁਤ ਪ੍ਰੈਸ਼ੀਅਸ ਡੋਨੇਸ਼ਨ ਹੈ ਸਾਡੇ ਵਾਸਤੇ ਕਿਉਂਕਿ ਪਿਆਰ ਅਤੇ ਇੱਜ਼ਤ ਬਹੁਤ ਦਿੰਦੀਆਂ 3100 ਰੁਪਇਆ ਇਹ ਮੇਰੇ ਭਤੀਜੇ ਹੀ ਹੈ ਜੀ ਰਣਜੀਤ ਐਂਡ ਓਮਕਾਰ ਚਹਿਲ ਬ੍ਰਦਰਸ 20,000 ਰੁਪਇਆ ਰੇਸ਼ਨ ਸਿੰਘ ਬਲਵੀਰ ਕੌਰ ਦੁਸਾਂਝ ਭਾਅ ਜੀ ਭਾਬੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਵਾਰੀ ਡੋਨੇਸ਼ਨ ਦਿੰਦੇ ਹੋ 51,000 ਰੁਪਇਆ ਤਾੜੀਆਂ ਬਜਾਦੇ ਉਹਦੇ 'ਚ ਕੋਈ ਮੁੱਲ ਨਹੀਂ ਲੱਗਦਾ ਹੈ ਕਿ ਨਹੀਂ ਆਪਾਂ ਨੂੰ ਇਹ ਤਾੜੀਆਂ ਦਾ ਮੁੱਦਾ ਆਪਾਂ ਉਹਨਾਂ ਦਾ ਸ਼ੁਕਰੀਆ ਅਦਾ ਕਰ ਰਹੇ ਹਾਂ ਕਿ ਤੁਸੀਂ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਚਲਾਉਣ 'ਚ ਸਾਡੀ ਬਹੁਤ ਸਾਰੀ ਹੈਲਪ ਕਰ ਰਹੇ ਹਾਂ ਇੱਕ ਇੱਕ ਪੈਸਾ ਜਿਹੜਾ ਕਰੋੜਾਂ ਵਰਗਾ ਹੁੰਦਾ ਜਿਹੜਾ ਸ਼ਰਧਾ ਨਾਲ ਦਿੱਤਾ ਜਾਵੇ ਥੈਂਕ ਯੂ ਵੈਰੀ ਮਚ ਆਈ ਲਵ ਯੂ ਬਾਬਾ ਤੋਂ ਪੈ ਗਈ ਆ ਛਿੜਕਾਂ ਕਾਟੀ ਚੁੰਮ ਝਾੜੀ ਲੈ ਗਿਆ
Kartarpur and the nearby villages. My most respected Sumalata ma'am, who is also my mentor, as it is well said, she is the Mother Teresa of this region, and she is also my mentor. I respect her a lot. But what I am today, I owe all this to Sumalata ma'am. ਜੋ ਕੁਛ ਦੇਖੋ ਕਰਤਾਰਪੁਰ ਨੇ ਬਹੁਤ ਕੁਛ ਦਿੱਤਾ ਧੀਤਾ ਹੈ ਹੀ ਆ ਜਦੋਂ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਅਵਾਰਡ ਮਿਲਿਆ ਸੀ ਦੈਟ ਇਜ਼ ਦ ਪ੍ਰਣਬ ਮੁਖਰਜੀ ਬਹੁਤ ਪ੍ਰਾਊਡ ਫੀਲ ਹੁੰਦਾ ਹੁਣ ਮੈਂ ਪ੍ਰਿੰਸੀਪਲ ਹਾਂ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਬਿਲਕੁਲ ਸੁਭਾਨਪੁਰ ਨੂੰ ਕ੍ਰੋਸ ਕਰਕੇ ਢਿਲਵਾਂ ਦੇ ਕੋਲ ਮੇਰਾ ਪਿੰਡ ਹੈ ਨੂਰਪੁਰ ਲੁਬਾਣਾ ਜਦੋਂ ਵੀ ਲੰਘ ਕੇ ਜਾਂਦੇ ਸਰ ਤੁਸੀਂ ਉੱਥੋਂ ਓ ਗ੍ਰੇਟ ਸਰ ਪਲੀਜ਼ ਡੂ ਵਿਜ਼ਿਟ ਮਾਈ ਸਕੂਲ ਇਟਸ ਰੀਅਲੀ ਵਨ ਆਫ ਦ ਬੈਸਟ ਸਕੂਲ ਆਫ ਪੰਜਾਬ ਮੇਰੇ ਬਾਬਲੇ ਦੇ ਕਿਹੜੇ ਕੀਆ ਜੋਰ ਲੱਗੀਆਂ ਮੇਰੇ ਬਾਬਲੇ ਦੇ
ਅੰਤ ਵਿੱਚ ਮੈਡਮ ਸੁਮਨ ਲਤਾ ਜੀ ਵੱਲੋਂ ਸਭਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਮੈਂ ਸੁਮਨ ਫਰੋਮ ਓਪੀ ਚੈਰੀਟੇਬਲ ਹੋਸਪਿਟਲ ਕਰਤਾਰਪੁਰ। ਅਸੀਂ ਹਰ ਸਾਲ ਸਰੀਰ ਦੇ ਨਾਲ ਨਾਲ ਮਾਨਸਿਕ ਤਣਾਅ ਨੂੰ ਹਟਾਉਣ ਲਈ ਕਲਚਰ ਪ੍ਰੋਗਰਾਮ ਯਾਦਾਂ ਕਰੀਦੇ। 14ਵਾਂ ਸਾਡਾ ਪ੍ਰੋਗਰਾਮ ਸੀ ਜਿਹਦੇ 'ਚ ਲੋਕਾਂ ਨੇ ਬਹੁਤ ਇੰਜੋਏ ਕੀਤਾ। ਪਰਫੋਰਮੈਂਸ ਬੱਚਿਆਂ ਦੀ ਬਹੁਤ ਅੱਛੀ ਸੀ। ਸਾਡੇ ਮੇਨ ਏਰੀਏ ਦੇ ਮੰਤਰੀ ਜੀ ਬਲਕਾਰ ਸਿੰਘ ਜੀ ਉਹ ਵੀ ਆਏ ਸਾਡੇ ਲਈ। ਐਕਚੁਲੀ ਸਾਰੇ ਅਸੀਂ ਇਨਸਾਨੀਅਤ 'ਚ ਵਿਸ਼ਵਾਸ ਕਰਦੇ, ਇਨਸਾਨਾਂ ਦੀ ਸੇਵਾ ਲਈ ਲੱਗੇ ਹਾਂ। ਕੋਸ਼ਿਸ਼ ਸਾਡੀ ਆ, ਅਸੀਂ ਹਰ ਇੱਕ 'ਚ ਮਾਲਕ ਦਾ ਨੂਰ ਦੇਖਦੇ ਹਾਂ। ਉਸ ਭਾਵਨਾ ਨਾਲ ਅਸੀਂ ਹਰ ਆਏ ਨੂੰ ਮਾਣ ਇੱਜ਼ਤ ਦਿੰਦੇ ਹਾਂ। ਸਾਡੇ ਪ੍ਰੋਗਰਾਮ 'ਚ ਸਾਰੇ ਲੋਕ ਆਏ, VIP ਵੀ ਆਏ, ਨੋਰਮਲ ਸਾਡੇ ਵਰਗੇ ਲੋਕ ਵੀ ਆਏ, ਜਿਨ੍ਹਾਂ ਵਿੱਚ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਵੀ ਆਏ ਔਰ ਰਣਜੀਤ ਸਿੰਘ ਕਾਹਲੋ ਜੀ ਵੀ ਆਏ ਜਿਹੜੇ SGPC ਦੇ ਮੈਂਬਰ ਆ। ਕਿਉਂਕਿ ਅਸੀਂ ਪੋਲੀਟਿਕਸ 'ਚ ਕਦੀ ਵੀ ਦਖਲ ਨਹੀਂ ਦਿੱਤਾ, ਅਸੀਂ ਸਿਰਫ ਸੇਵਾ ਨਾਲ ਆਪਣਾ ਜਿਹੜਾ ਸਾਡਾ ਕੇਂਦਰ ਆ ਸੋਚਣ ਦਾ, ਉਹ ਸੇਵਾ 'ਤੇ ਕੇਂਦਰਿਤ ਆ, ਸੇਵਾ ਦਾ ਧਿਆਨ ਰੱਖਦੇ ਹਾਂ ਅਤੇ ਮਾਨਸਿਕ ਖੁਸ਼ੀ ਵਾਸਤੇ ਐਨੂਅਲ ਪ੍ਰੋਗਰਾਮ ਕਰਦੇ ਹਾਂ ਔਰ ਸਕੂਲਾਂ ਦੇ ਬੱਚਿਆਂ ਨੂੰ ਇਨਵਾਈਟ ਕਰਦੇ ਹਾਂ
ਤੇਰਾਂ ਸਕੂਲਾਂ ਦੇ ਬੱਚਿਆਂ ਨੇ ਪਾਰਟੀਸਪੇਟ ਕੀਤਾ, ਬੱਚਿਆਂ ਨੇ ਬਹੁਤ ਹੀ ਜ਼ਿਆਦਾ ਵਧੀਆ ਪਰਫੋਰਮੈਂਸ ਦਿੱਤੀ, ਬਹੁਤ ਸੋਹਣੇ ਛੋਟੇ ਛੋਟੇ ਬੱਚਿਆਂ ਨੇ ਖਿਲਦੀ ਇਕੱਲੀਆਂ ਜਿਹੜੀਆਂ ਉਹਨਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਦੇ ਕੇ ਸਾਰੇ ਲੋਕਾਂ ਨੂੰ ਬਹੁਤ ਉਤਸ਼ਾਹਿਤ ਵੀ ਕੀਤਾ, ਦੇਖ ਕੇ ਸਾਰੇ ਬਹੁਤ ਰਿਲੈਕਸ ਵੀ ਹੋਏ। ਇਹਦੇ ਨਾਲ ਇੱਕ ਐਨਰਜੀ ਮਿਲ ਜਾਂਦੀ ਇਨਸਾਨ ਨੂੰ, ਉਹਦੇ ਨਾਲ ਕਈ ਤਰ੍ਹਾਂ ਦੇ ਤਣਾਅ ਘੱਟ ਜਾਂਦੇ ਆ। ਸੋ ਇਹ ਪ੍ਰੋਗਰਾਮ ਬਹੁਤ ਅੱਛਾ ਸੀ, ਅਸੀਂ ਧੰਨਵਾਦੀ ਹਾਂ ਸਾਰਿਆਂ ਦੇ ਜਿਹਨਾਂ ਜਿਹਨਾਂ ਨੇ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਔਰ ਜਿਹਨਾਂ ਜਿਹਨਾਂ ਨੇ ਦਿਲ ਖੋਲ੍ਹ ਕੇ ਦਾਨ ਵੀ ਦਿੱਤਾ, ਜਿਹੜੀ ਕਿ ਮਰੀਜ਼ਾਂ ਦੀ ਹੈਲਪ 'ਚ ਕੰਮ ਆਏਗਾ। ਅਸੀਂ ਡੇਲੀ ਮਰੀਜ਼ਾਂ ਨੂੰ ਫ੍ਰੀ ਦਵਾਈ ਵੀ ਦਿੰਦੇ ਹਾਂ, ਬਿਲਕੁਲ ਘੱਟ ਰੇਟ 'ਤੇ ਮਰੀਜ਼ਾਂ ਦਾ ਇਲਾਜ ਵੀ ਹੁੰਦਾ। ਇੱਥੇ ਸੀ ਟੀ ਸਕੈਨ ਵੀ, ਅਲਟਰਾਸਾਊਂਡ ਸਕੈਨ ਵੀ, ਲੈਪਰੋਸਕੋਪਿਕ ਸਰਜਰੀ ਵੀ ਹੁੰਦੀ ਹੈ, ਫਿਜ਼ੀਓਥਰੈਪੀ ਡਿਪਾਰਟਮੈਂਟ ਵੀ ਹੈ, ਡੈਂਟਲ ਵੀ ਹੈ, MD ਮੈਡੀਸਨ ਬਹੁਤ ਲਾਏਗਾ, MD ਗਾਇਨੀ ਬਹੁਤ ਲਾਏਗਾ, ਬੱਚਿਆਂ ਦੇ ਪੂਰਾ ਇੰਤਜ਼ਾਮ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਨਮ ਤੋਂ ਲੈ ਕੇ ਜ਼ਿੰਦਗੀ ਦੀ ਆਖਰੀ ਯਾਤਰਾ ਤੱਕ ਸਾਰਿਆਂ ਦੀ ਸੇਵਾ ਕਰ ਸਕੀਏ। ਅਸੀਂ ਸਭ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਪ੍ਰੋਗਰਾਮ 'ਚ ਹਿੱਸਾ ਲਿਆ, ਜਿਹੜੇ ਬੱਚਿਆਂ ਨੇ ਪਰਫੋਰਮ ਕੀਤਾ, ਅਸੀਂ ਉਹਨਾਂ ਲਈ ਬਹੁਤ ਗਰਵ ਮਹਿਸੂਸ ਕਰਦੇ ਹਾਂ। ਅਤੇ ਥੈਂਕ ਯੂ ਆਲ ਆਫ ਯੂ, ਗੋਡ ਬਲੈਸ ਯੂ ਆਲ। ਸਾਰੇ ਜਿਹੜੇ ਮਿਲ ਜੁਲ ਕੇ ਅਸੀਂ ਉਸ ਸਮਾਜ ਦੀ ਸੇਵਾ ਕਰੀਏ ਜਿਹੜੀ ਆਪਣੀ ਸੇਵਾ ਖੁਦ ਨਹੀਂ ਕਰ ਸਕਦੇ, ਆਪਣਾ ਖਿਆਲ ਨਹੀਂ ਰੱਖ ਸਕਦੇ। ਇਸੇ ਕਰਕੇ ਅਸੀਂ 33 ਸਾਲ ਤੋਂ ਮੈਡੀਕਲ ਲਾਈਨ 'ਚ ਅਤੇ ਐਜੂਕੇਸ਼ਨ ਲਾਈਨ ਦੋਨਾਂ 'ਚ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਨਾਲ ਨਾਲ ਰੋਜ਼ ਤਕਰੀਬਨ 200 ਪੇਸ਼ੈਂਟ ਆ ਕੇ ਆਪਣਾ ਇਲਾਜ ਫ੍ਰੀ ਮਾਈਂਡ ਕਰਾ ਕੇ ਜਾਂਦਾ ਔਰ ਬਿਲਕੁਲ ਟ੍ਰਾਂਸਪੇਰੈਂਟ ਚੈਰਿਟੀ ਆ। ਥੈਂਕ ਯੂ ਵੈਰੀ ਮੱਚ, ਗੋਡ ਬਲੈਸ ਯੂ ਆਲ।